ਹਜ਼ੂਰ ਵਰਣਨ ਕਰ ਰਹੇ ਨੇ ਜੀ। ਅਪਛ ਪਛ ਪਛ ਜਿਹੜੀਆਂ ਚੀਜ਼ਾਂ ਪਛ ਨਾ ਖਾਣ ਵਾਲੀਆਂ ਸਨ, ਉਹਨਾਂ ਪਛ ਖਾਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਿੱਚੋਂ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਇਹ ਜੀਵ ਪਛੈ ਪਖੀ ਜਾ ਰਿਹਾ, ਖਾਈ ਜਾਂਦਾ ਹੈ। ਜਿਵੇਂ ਆਮ ਤੌਰ ਤੇ ਜਿੱਥੇ ਕੂੜਾ ਕੱਕੜ ਸੁੱਟਿਆ ਜਾਂਦਾ, ਰੂੜੀ ਵਾਲਾ ਟੋਆ ਕਹਿ ਦਈਏ ਜਾਂ ਡਸਟਬੀਨ ਕਹਿ ਦਈਏ, ਜੋ ਗੰਦ ਪਿੱਲ ਹੁੰਦਾ ਸਭ ਲੋਕ ਉਹਦੇ ਵਿੱਚ ਸੁੱਟੀ ਜਾਂਦੇ ਨੇ ਔਰ ਸਾਰਾ ਕੁਝ ਉਹਦੇ ਵਿੱਚ ਸਮਾਇਆ ਜਾਂਦਾ। ਇਵੇਂ ਲੋਕ ਖਾਣ ਵਾਲੀਆਂ ਚੀਜ਼ਾਂ ਵਿੱਚੋਂ ਅਪਾਸ਼ ਜਿਹੜੀਆਂ ਨਹੀਂ ਖਾਣ ਵਾਲੀਆਂ ਉਹਨਾਂ ਨੂੰ ਪਛੈ ਖਾਈ ਜਾਂਦੇ ਨੇ, ਖਾਈ ਜਾਂਦੇ ਨੇ, ਪੀ ਜਾਂਦੇ ਨੇ। ਉਹਨਾਂ ਨੂੰ ਇਹ ਖਿਆਲ ਨਹੀਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਵੱਲੋਂ ਸਤਿਗੁਰੂ ਜੀ ਨੇ ਸਾਨੂੰ ਰੋਕਿਆ। ਜਿਵੇਂ ਗੁਰੂ ਕੇ ਸਿੱਖਾਂ ਲਈ ਹੁਕਮ ਹੈ, ਸ਼ਰਾਬ ਨਹੀਂ ਪੀਣੀ, ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਗਊ ਦਾ ਮਾਸ ਨਹੀਂ ਖਾਣਾ, ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖਣਾ, ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ। ਹਾਂ, ਧੀ ਦਾ ਪੈਸਾ ਲੈ ਕੇ ਨਹੀਂ ਖਾਣਾ, ਦੂਸਰੇ ਪਾਸੇ ਭੈਣ ਦਾ ਪੈਸਾ ਲੈ ਕੇ ਨਹੀਂ ਖਾਣਾ। ਸਮਾਜਿਕ ਜੀਵਨ ਅੰਦਰ ਜੇ ਕਿਤੇ ਕੋਈ ਜ਼ਰੂਰਤ ਆ ਵੀ ਗਈ ਹੈ, ਪਹਿਲਾਂ ਤੇ ਕੋਸ਼ਿਸ਼ ਕਰੋ ਬੇਟੀ ਦੇ ਘਰੋਂ, ਭੈਣ ਦੇ ਘਰੋਂ ਪੈਸਾ ਉਧਾਰ ਲੀਤਾ ਹੀ ਨਾ ਜਾਵੇ, ਪਰ ਜੇ ਲੈ ਲੀਤਾ ਜਾਵੇ ਤੇ ਉਹਨੂੰ ਅੱਛੇ ਤਰੀਕੇ ਨਾਲ ਉਸੇ ਤਰ੍ਹਾਂ ਅਦਾ ਕਰ ਦਿੱਤਾ ਜਾਵੇ, ਉਹਨੂੰ ਵਾਪਸ ਕਰ ਦਿੱਤਾ ਜਾਵੇ। ਅਸੀਂ ਐਸੇ ਸਾਧਕਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਜਿਹੜੇ ਜਿਸ ਤਰ੍ਹਾਂ ਬਾਕੀ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਦੇ ਨੇ, ਇਸੇ ਤਰ੍ਹਾਂ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦਾ ਗੁਰੂ ਕਾ ਖਾਤਾ ਵੀ ਰੱਖਦੇ ਨੇ। ਤੇ ਜੇ ਕਦੀ ਕਦਾਈ ਕਿਤੇ ਪੈਸੇ ਦੀ ਜ਼ਰੂਰਤ ਪੈ ਜਾਵੇ ਵਰਤਣਾ, ਤਾਂ ਉਹ ਇੰਜ ਗੁਰੂ ਕੇ ਖਾਤੇ ਵਿੱਚ ਫਿਰ ਜਮ੍ਹਾਂ ਕਰਦੇ ਨੇ, ਜਿਵੇਂ ਬੈਂਕਾਂ ਦਾ ਹਿਸਾਬ ਕਿਤਾਬ ਹੈ, ਵਿਦ ਇੰਟਰਸਟ ਵਾਪਸ ਕਰਦੇ ਨੇ। ਵੀ ਜੇ ਹੋਰ ਕਿਸੇ ਪਾਸੋਂ ਲੈਂਦੇ ਜਾਂ ਬੈਂਕ ਤੋਂ ਲੈਂਦੇ ਤਾਂ ਨਾ ਦੇਣਾ ਪੈਂਦਾ, ਇਸ ਲਈ ਉਹ ਵਿਆਜ ਸਮੇਤ ਫਿਰ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੰਦੇ ਨੇ। ਜਦੋਂ ਗੁਰੂ ਕੀ ਸੇਵਾ ਦੀ ਜ਼ਰੂਰਤ ਪੈਂਦੀ ਏ, ਉਹਦੇ ਵਿੱਚੋਂ ਫਿਰ ਗੁਰੂ ਕੇ ਲੇਖੇ ਦਸਵੰਧ ਕੱਢਿਆ ਹੋਇਆ ਜੋ ਹੈ ਉਹ ਖਰਚੀ ਜਾਂਦੇ ਨੇ। ਐਸੇ ਲੋਕ ਵੀ ਨੇ, ਪਰ ਐਸੇ ਲੋਕ ਵੀ ਨੇ ਜੋ ਬੇਟੀ ਦੇ ਰਿਸ਼ਤੇ ਨਾਤੇ ਪੈਸੇ ਲੈ ਕੇ ਕਰਦੇ ਨੇ। ਅੱਜ ਵੀ ਜਿੱਥੇ ਪਸ਼ੂਆਂ ਦਾ ਵਪਾਰ ਹੁੰਦਾ, ਪੰਛੀਆਂ ਦਾ ਵਪਾਰ ਹੁੰਦਾ, ਉਸੇ ਹੀ ਤਰੀਕੇ ਨਾਲ ਇਸਤਰੀ ਜਾਤੀ ਦਾ ਵਪਾਰ ਵੀ ਹੁੰਦਾ। ਅੱਜ ਵੀ ਔਰਤਾਂ ਨੂੰ ਬਾਜ਼ਾਰਾਂ ਵਿੱਚ ਫਰੋਖਤ ਕੀਤਾ ਜਾਂਦਾ, ਉਹਦੀ ਕੀਮਤ ਪਾਈ ਜਾਂਦੀ ਏ। ਤੋ ਬੇਨਤੀ ਕੀਤੀ ਜਾ ਰਹੀ ਸੀ, ਇੱਥੇ ਹਜ਼ੂਰ ਵਰਣਨ ਕਰ ਰਹੇ ਨੇ, ਨਾ ਬੇਟੀ ਤੋਂ ਦਾ ਪੈਸਾ ਖਾਣਾ, ਨਾ ਭੈਣ ਦਾ ਪੈਸਾ ਖਾਣਾ, ਇਸ ਨਾ ਗੁਰੂ ਕੇ ਖਜ਼ਾਨੇ ਵਿੱਚੋਂ ਅਯੋਗ ਤਰੀਕੇ ਦੇ ਨਾਲ ਕੋਈ ਹੇਰਾ ਫੇਰੀ ਕਰਕੇ ਖਾਣਾ, ਧਰਮਸਾਲ ਦੀ ਝਾਕ ਤੋਂ ਬਹੁਤ ਦੂਰ ਰਹਿਣਾ। ਪਰ ਹੁਣ ਤਾਂ ਹਜ਼ੂਰ ਕਹਿ ਰਹੇ ਨੇ ਅਪਾਛੇ ਪਾਛੇ ਪੱਖੇ, ਜਿਹੜਾ ਖਾਣਾ ਖਾਣ ਵਾਲਾ ਹੈ ਉਹਨਾਂ ਚੀਜ਼ਾਂ ਵਿੱਚੋਂ ਜੋ ਨਾ ਖਾਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਖਾਈ ਜਾ ਰਹੇ ਨੇ। ਨਾ ਕੋਈ ਮੰਦਰ ਦਾ ਲਿਹਾਜ਼ ਕਰਦਾ ਹੈ, ਨਾ ਮਸਜਿਦ ਦਾ ਚੰਦਾ ਤੋਂ ਕੋਈ ਪਰਹੇਜ਼ ਕਰਦਾ ਹੈ, ਨਾ ਗੁਰਦੁਆਰੇ ਦੇ ਪੈਸੇ ਤੋਂ ਕਿਸੇ ਨੂੰ ਕੋਈ ਪਰਹੇਜ਼ ਹੈ। ਹਾਂ, ਕੁਝ ਐਸੇ ਲੋਕ ਵੀ ਨੇ ਜੋ ਬੇਟੀਆਂ ਤੋਂ ਭੈਣਾਂ ਤੋਂ ਪੈਸਾ ਲੈ ਕੇ ਉਧਾਰਾ ਫਿਰ ਵਾਪਸ ਨਹੀਂ ਕਰਦੇ, ਖਾ ਪੀ ਜਾਂਦੇ ਨੇ, ਮੁਕਰ ਜਾਂਦੇ ਨੇ, ਇਨਕਾਰ ਕਰ ਦਿੰਦੇ ਨੇ ਜੀ। ਆਕਾਸ਼ ਕਾਚ ਕੱਛੇ, ਕੱਪੜਾ ਕਿਉਂ ਦਿੱਤਾ ਸੀ ਸਾਡਿਆਂ ਬਜ਼ੁਰਗਾਂ ਨੇ, ਪੁਰਾਤਨ ਮਹਾਂਪੁਰਸ਼ਾਂ ਨੇ ਇਹ ਕੱਪੜੇ ਕਿਉਂ ਦਿੱਤੇ ਕਿ ਮਨੁੱਖ ਬਿਲਕੁਲ ਨਗਨ ਹੋ ਕੇ ਬੇਪਰਦ ਹੋ ਕੇ ਨਾ ਤੁਰਿਆ ਫਿਰੇ। ਆਕਾਸ਼ ਕੱਛ ਕੱਛੇ ਕਹਿੰਦੇ ਨੇ, ਕੱਛ ਫਵਾਣਾ, ਆਪਣੇ ਸਰੀਰ ਤੇ ਜੋ ਕੱਪੜੇ ਪਹਿਨਣੇ ਸਨ ਉਹਨਾਂ ਦੀ ਬਜਾਏ ਆਕਾਸ਼ ਜਿਹੜੇ ਨਹੀਂ ਪਹਿਨਣੇ ਸਨ, ਜਿਨ੍ਹਾਂ ਦੇ ਨਾਲ ਆਪਣੇ ਸਰੀਰ ਨੂੰ ਸਜਾਣਾ ਨਹੀਂ ਸੀ, ਸੰਵਾਰਨਾ ਨਹੀਂ ਸੀ, ਕੱਛ ਉਸ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਫਵਾਉਂਦੇ ਨੇ।
ਆਪਣੇ ਸਰੀਰ ਦੀ ਸਜਾਵਟ ਕਰਦੇ ਨੇ, ਨਾ ਪਹਿਨਣ ਯੋਗ ਵਸਤਰ ਪਹਿਨਦੇ ਨੇ। ਸਾਡੀਆਂ ਬੱਚੀਆਂ ਇਹਨਾਂ ਮੁਲਕ ਇਹਨਾਂ ਲੋਕਾਂ ਦੀ ਨਕਲ ਕਰ ਕਰਕੇ ਉਸੇ ਤਰੀਕੇ ਨਾਲ ਹੀ ਆਪਣਾ ਸਰੀਰ ਪਹਿਰਾਵਾ ਪਹਿਨ ਰਹੀਆਂ ਨੇ। ਤੇ ਜੇ ਕਿਤੇ ਕੋਈ ਬਜ਼ੁਰਗ ਸਾਹਮਣੇ ਆ ਜਾਵੇ ਤਾਂ ਬੜੀ ਮੁਸ਼ਕਲ ਜੀ ਹੋਵੇਗੀ, ਬਹੁਤ ਪਰੇਸ਼ਾਨੀ ਵੀ ਹੋਵੇਗੀ। ਪਰ ਗੁਰੂ ਸਾਹਿਬ ਨੇ ਇਸੇ ਲਈ ਕਛਹਿਰਾ ਦਿੱਤਾ ਸੀ, ਕੱਛ ਇਸੇ ਲਈ ਬਖਸ਼ਿਸ਼ ਕੀਤੀ ਸੀ ਕਿ ਇਹ ਕੱਛਾ ਜਿਉਂਦੇ ਸਿੱਖ ਦਾ, ਜਿਉਂਦੇ ਬੱਚੇ ਤੇ ਬੱਚੀਆਂ ਦਾ ਵੀ ਪੜਦਾ ਹੈ। ਆਹਰ ਕਿਤੇ ਅਚਾਨਕ ਮੌਤ ਹੋ ਜਾਵੇ ਤੇ ਤਾਂ ਵੀ ਇਹ ਪਰਦਾ ਰਹੇਗਾ, ਤਾਂ ਵੀ ਇਹ ਪਰਦਾ ਰਹੇਗਾ। ਇਹ ਜਿਉਂਦਿਆਂ ਦਾ ਵੀ ਪਰਦਾ ਹੈ ਔਰ ਮੋਇਆਂ ਦਾ ਵੀ ਪਰਦਾ ਹੈ। ਪਰ ਹਜ਼ੂਰ ਵਰਨਨ ਕਰ ਰਹੇ ਨੇ, ਜਿਹੜਾ ਪਹਿਰਾਵਾ ਨੀਅਤ ਹੈ ਉਸ ਨੂੰ ਛੱਡ ਕੇ, ਨਾ ਜਿਹੜਾ ਪਹਿਰਾਵਾ ਪਹਿਨਣ ਵਾਲਾ ਹੈ, ਜਿਹੜੇ ਵਸਤਰ ਸਰੀਰ ਤੇ ਨਹੀਂ ਫਵਾਉਣ ਵਾਲੇ ਪਹਿਨਣ ਵਾਲੇ, ਉਹਨਾਂ ਨੂੰ ਆਕਾਸ਼ ਕੱਛੇ ਪਹਿਨਣਾ ਕਰਨਗੇ। ਅਪਾਖ ਬੈਣ ਪਾਖ, ਜਿਹੜੇ ਬਚਨ ਨਹੀਂ ਕਹਿਣ ਵਾਲੇ ਹੁੰਦੇ ਉਹ ਬਚਨ ਕਹਿ ਦੇਣਗੇ, ਜਿਵੇਂ ਬਜ਼ੁਰਗਾਂ ਨੂੰ। ਜਿਹੜੇ ਬਚਨ ਨਹੀਂ ਕਹਿਣੇ ਹੁੰਦੇ ਉਹ ਵੀ ਕਈ ਵਾਰੀ ਬੱਚੇ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਜਾਂ ਉਹਨਾਂ ਦਾ ਅਪਮਾਨ ਕਰਨ ਲਈ ਕਹਿ ਦੇਣਗੇ। ਕਿਸੇ ਹੁਨਾ ਕਾਨ ਰੱਖ, ਕਿਸੇ ਵੱਡੇ ਤੇ ਛੋਟੇ ਦੀ ਕਾਨ ਲਾਜਪਤ ਇੱਜ਼ਤ ਭਾਵ ਪ੍ਰਭਾਵ ਨਹੀਂ ਰੱਖਣਗੇ, ਈਨ ਕਿਸੇ ਦੀ ਨਹੀਂ ਰੱਖਣਗੇ, ਨਾ ਗੁਰੂ ਦੀ ਈਨ ਰੱਖਣਗੇ, ਨਾ ਬਜ਼ੁਰਗਾਂ ਦੀ ਈਨ ਰੱਖਣਗੇ, ਨਾ ਧਰਮ ਦੀ ਈਨ ਰੱਖਣਗੇ। ਨਾ ਤਾਤ ਮਾਤ ਡਰ ਹੈ, ਤਾਤ ਪਿਤਾ ਨੂੰ ਕਹਿੰਦੇ ਨੇ, ਮਾਤ ਮਾਤਾ ਤੋਂ ਕਹਿੰਦੇ ਨੇ, ਮਾਤਾ ਤੇ ਪਿਤਾ ਤੋਂ ਡਰਨਗੇ ਹੀ ਨਹੀਂ, ਮਾਤਾ ਤੇ ਪਿਤਾ ਦਾ ਕੋਈ ਪਰਵਾਹ ਹੀ ਨਹੀਂ ਕਰਨਗੇ। ਕੋਈ ਮਾਤਾ ਤੋਂ ਨਹੀਂ ਡਰੇਗਾ, ਕੋਈ ਪਿਤਾ ਤੋਂ ਨਹੀਂ ਡਰੇਗਾ, ਮਹਾਂਪੁਰਸ਼ਾਂ ਤੋਂ। ਕੋਈ ਵਿਦਿਆਰਥੀ ਹਜ਼ਾਰਾਂ ਮਾਈਲ ਦੂਰ ਰਹਿੰਦਾ ਹੋਵੇ, ਕੋਈ ਉਹਨਾਂ ਦੇ ਪਾਸ ਰਹਿੰਦਾ ਹੋਵੇ, ਸਾਰੇ ਇੱਕੋ ਜਿਹੇ ਡਰਦੇ ਸਨ, ਸਾਰਿਆਂ ਨੂੰ ਇੱਕੋ ਜਿਹਾ ਭੈ ਹੁੰਦਾ ਸੀ, ਸਭਨਾਂ ਨੂੰ ਇੱਕੋ ਜਿਹਾ ਖੌਫ ਹੁੰਦਾ ਸੀ। ਭਾਵੇਂ ਕਈ ਵਿਦਿਆਰਥੀ ਪੰਥ ਵਿੱਚ ਸਭ ਤੋਂ ਉੱਚੀਆਂ ਪਦਵੀਆਂ ਤੇ ਵੀ ਉਹਨਾਂ ਦੀ ਅਸੀਸ ਦੁਆਰਾ ਪਹੁੰਚੇ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀਆਂ ਦੀ ਪਦਵੀ ਤੇ ਪਹੁੰਚ ਕੇ ਵੀ ਉਹ ਇੰਨੇ ਡਰਦੇ ਸਨ ਜਿੰਨੇ ਅਸੀਂ ਲੋਕ ਡਰਦੇ ਸਾਂ, ਕਿਉਂਕਿ ਮਨ ਵਿੱਚ ਖੌਫ ਹੁੰਦਾ ਸੀ, ਮਨ ਵਿੱਚ ਭੈ ਹੁੰਦਾ ਸੀ, ਇੰਨਾ ਹੀ ਕਾਫੀ ਹੁੰਦਾ ਸੀ। ਜਦੋਂ ਜਾਵਾਂਗੇ ਕੀ ਕਹਿਣਗੇ, ਜੇ ਕੋਈ ਭੁੱਲ ਹੋਵੇਗੀ, ਜੇ ਕੋਈ ਗਲਤੀ ਹੋਵੇਗੀ, ਜਦੋਂ ਜਾਵਾਂਗੇ ਤਾਂ ਕੀ ਕਹਿਣਗੇ। ਜਦੋਂ ਵੀ ਕਿਸੇ ਨੇ ਜਾਣਾ ਉਹਨਾਂ ਦੇ ਪਾਸ ਪਹੁੰਚਣਾ, ਜੇ ਤਾਂ ਜਾਂਦਿਆਂ ਹੀ ਪ੍ਰਸੰਨ ਚਿੱਤ ਹੋ ਕੇ ਮਿਲੇ ਨੇ ਤੇ ਫਿਰ ਸਮਝ ਲੈਣਾ ਵੀ ਕੋਈ ਸ਼ਿਕਾਇਤ ਨਹੀਂ। ਤੇ ਜੇ ਜ਼ਰਾ ਟੇਢੀ ਨਜ਼ਰ ਨਾਲ ਵੀਰਤਾ ਨਾਲ ਦੇਖਣਾ ਤੇ ਫਿਰ ਸਮਝ ਲਈਦਾ ਸਹੀ ਵੀ ਕੋਈ ਨਾ ਕੋਈ ਸ਼ਿਕਾਇਤ ਆ ਗਈ ਹੈ, ਕੋਈ ਨਾ ਕੋਈ ਤਰੁੱਟੀ ਹੈ, ਕੋਈ ਨਾ ਕੋਈ ਕਮਜ਼ੋਰੀ ਹੈ। ਇਸ ਕਾਰਨ ਹੀ ਤਾਂ ਉਹਨਾਂ ਨੇ ਜ਼ਰਾ ਸਖਤ ਨਜ਼ਰ ਦੇ ਨਾਲ ਨਿਗਾਹ ਭਰ ਕੇ ਦੇਖਿਆ ਹੈ। ਪਰ ਹੁਣ ਤਾਂ ਲੋਕ ਨਾ ਮਾਤਾ ਦੀ ਨਾ ਪਿਤਾ ਦੀ ਪਰਵਾਹ ਕਰਦੇ ਨੇ, ਮਾਤਾ ਪਿਤਾ ਤੋਂ ਵੀ ਡਰਨਗੇ ਨਹੀਂ। ਕੁਮੰਤਰ ਮੰਤਰ ਕਹਿ ਹੈ, ਮਾੜੇ ਮੰਤਰ ਜਿਹੜੇ ਨੇ ਉਹਨਾਂ ਮੰਤਰਾਂ ਨੂੰ ਪ੍ਰਸਿੱਧ ਕਰਨਗੇ, ਜਿਨ੍ਹਾਂ ਨਾਲ ਆਪਣਾ ਵੀ ਨੁਕਸਾਨ ਹੋ ਸਕੇ, ਦੂਸਰਿਆਂ ਦਾ ਵੀ ਨੁਕਸਾਨ ਹੋ ਸਕੇ। ਕਈ ਵਾਰੀ ਬੱਚੀਆਂ ਨਾਦਾਨੀਅਤ ਵਿੱਚ ਐਸੀਆਂ ਗਲਤੀਆਂ ਕਰ ਬੈਠਦੀਆਂ ਨੇ, ਉਹਨਾਂ ਦਾ ਖਿਆਲ ਹੁੰਦਾ ਹੈ ਸ਼ਾਇਦ ਕੋਈ ਮੰਤਰ ਜਪੀਏ, ਕੋਈ ਟੂਣਾ ਟਾਣਾ ਕਰੀਏ ਤੇ ਪਤੀ ਵਸ ਹੋ ਜਾਂਦਾ। ਇਹਨਾਂ ਚੱਕਰਾਂ ਵਿੱਚ ਉਹ ਆਪਣੇ ਹੱਥੀ ਹੀ ਕਈ ਵਾਰੀ ਆਪਣੇ ਪਤੀ ਨੂੰ ਗਲਤ ਚੀਜ਼ਾਂ ਦੇ ਕੇ ਤਾਂ ਜ਼ਿੰਦਗੀ ਦੀਆਂ ਬਿਮਾਰੀਆਂ ਲਗਾ ਦਿੰਦੀਆਂ ਨੇ, ਔਰ ਬਾਅਦ ਵਿੱਚ ਉਹਨਾਂ ਨੂੰ ਅਫਸੋਸ ਵੀ ਹੁੰਦਾ। ਔਰ ਕਈ ਵਾਰੀ ਅਜਿਹਾ ਕੁਝ ਕਰਨ ਦੇ ਨਾਲ ਤਾਂ ਆਪਣੇ ਪਤੀ ਦੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਂਦੀਆਂ ਨੇ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ, ਕੁਮੰਤਰ ਮੰਤਰ ਕਹਿ ਹੈ, ਮੰਤਰਾਂ ਵਿੱਚੋਂ ਜਿਹੜੇ ਮਾੜੇ ਮੰਤਰ ਨੇ ਉਹਨਾਂ ਨੂੰ ਜਪਣਾ ਕਹਿ ਹੈ ਕਰਨਗੇ।
ਮੰਤਰ ਕੌਣ ਲੈ ਹੈ? ਸਮੰਤਰ ਕਹੋ ਨਾ ਲੈ ਹੈ, ਕੌਣ ਪਾਠ ਨਹੀਂ, ਸਮੰਤਰ ਕਹੋ ਨਾ ਲੈ ਹੈ, ਇੱਥੇ ਨਿਸ਼ੇਧ ਵਾਚਕ ਹੋ ਰਿਹਾ ਹੈ, ਫੇਵਰ ਚ ਨਹੀਂ ਹੋ ਰਿਹਾ। ਹਾਂ ਕਹਿੰਦੇ ਨੇ ਜਿਹੜੇ ਸ੍ਰੇਸ਼ਟ ਮੰਤਰ ਨੇ, ਜਿਵੇਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਹੈ, ਗੁਰ ਮੰਤਰ ਦੀ ਬਖਸ਼ਿਸ਼ ਕੀਤੀ ਹੈ, ਤੇ ਇੱਕ ਗੁਰੂ ਪਿਆਰੇ ਕਹਿੰਦੇ ਸਨ ਮਾਲਾ ਮੰਤਰ ਤੁਸੀਂ ਕਹਿ ਤੇ ਦਿੱਤਾ ਪਰ ਦਰਸਾਇਆ ਨਾ। ਆ ਸਿੱਖਾਂ ਸਿੱਖ ਸਮਾਜ ਅੰਦਰ ਮਾਲਾ ਦੀ ਬਹੁਤੀ ਕੋਈ ਅਹਿਮੀਅਤ ਨਹੀਂ ਹੈ, ਮਾਲਾ ਉਂਝ ਕੋਈ ਫੇਰੇ ਤਾਂ ਇਹਦੇ ਤੇ ਕੋਈ ਪ੍ਰਤੀਬੰਧ ਵੀ ਨਹੀਂ, ਕੋਈ ਰੁਕਾਵਟ ਨਹੀਂ, ਬਸ਼ਰਤੇ ਸਿਰਫ ਮਾਲਾ ਦਿਖਾਵਟ ਦੇ ਤੌਰ ਤੇ ਨਾ ਹੋਵੇ, ਕਿਉਂਕਿ ਮਨ ਤਾਂ ਦਸ ਵੀ ਨਹੀਂ ਹਨ, ਜ਼ੁਬਾਨਾਂ ਵੀ ਦਸ ਵੀ ਨਹੀਂ ਹਨ, ਨਾਲੇ ਹੱਥ ਨਾਲ ਮਾਲਾ ਫਿਰਦੀ ਹੋਵੇ, ਨਾਲੇ ਅਸੀਂ ਦੂਸਰਿਆਂ ਨਾਲ ਗੱਲਾਂ ਕਰੀ ਜਾਈਏ, ਤਾਂ ਇਹ ਮਾਲਾ ਦਿਖਾਵਾ ਹੋਵੇਗੀ, ਇਹ ਮਾਲਾ ਦਿਖਾਵੇ ਦੇ ਤੌਰ ਤੇ ਹੋਵੇਗੀ, ਕਿਉਂਕਿ ਜਦੋਂ ਮਾਲਾ ਫੇਰਨੀ ਵੀ ਹੈ ਤਾਂ ਕਿਸੇ ਨਾਲ ਬੋਲਣ ਦਾ ਯਤਨ ਨਹੀਂ ਕਰਨਾ। ਜੋ ਮੰਤਰ ਗੁਰੂ ਜੀ ਨੇ ਬਖਸ਼ਿਆ ਉਹਦਾ ਸਿਮਰਨ ਕੀਤਾ ਜਾਵੇ ਤਾਂ ਮਾਲਾ ਆਦਤ ਪਾ ਦੇਵੇਗੀ, ਮਾਲਾ ਸਹਾਰਾ ਬਖਸ਼ੇਗੀ, ਮਾਲਾ ਮਨੁੱਖ ਨੂੰ ਪ੍ਰੇਰਨਾ ਦੇਵੇਗੀ। ਤੂੰ ਦੁਨੀਆਦਾਰੀ ਦੀਆਂ ਗੱਲਾਂ ਦੀ ਬਜਾਏ ਵਾਹਿਗੁਰੂ ਦਾ ਮੰਤਰ ਜਪ ਸਿਮਰਨ ਕਰ, ਪਰ ਨਾਲੇ ਦੁਨੀਆਂ ਦੀਆਂ ਬਾਤਾਂ ਲੋਕਾਂ ਨਾਲ ਕਰੀ ਜਾਣੀਆਂ, ਨਾਲੇ ਮਾਲਾ ਫਿਰਦੀ ਜਾਵੇ, ਫਿਰ ਤਾਂ ਬਾਤ ਨਹੀਂ ਬਣੇਗੀ, ਫਿਰ ਉਹ ਮਾਲਾ ਲਾਭਦਾਇਕ ਨਹੀਂ ਹੋ ਸਕੇਗੀ। ਤੋ ਦੂਸਰਾ ਪਹਿਲੂ, ਫਿਰ ਸਿੱਖਾਂ ਦੀ ਮਾਲਾ ਕਿਹੜੀ ਹੈ ਜਿਸ ਦਾ ਅਸੀਂ ਜਾਪ ਕਰਨਾ? ਤਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸ੍ਰੀ ਕਰਤਾਰਪੁਰ ਦੀ ਧਰਤੀ ਤੇ ਬਖਸ਼ਿਸ਼ ਕਰਦਿਆਂ ਹੋਇਆ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਸੀ, ਪੁਰਖਾ ਆ ਜਪ ਜੀ ਸਾਹਿਬ ਵੀ ਮਾਲਾ ਮੰਤਰ ਹੈ, ਇਹ ਜਪ ਜੀ ਸਾਹਿਬ, ਇਹ ਜਪ ਸਾਹਿਬ ਦੀ ਬਾਣੀ ਹੀ ਮੇਰੇ ਸਿੱਖਾਂ ਦਾ ਮਾਲਾ ਮੰਤਰ ਹੈ, ਇਹਦਾ ਜਾਪ ਕਰਨਾ, ਇਹਦਾ ਪਾਠ ਕਰਨਾ, ਜਿਤਨੇ ਜਪਜੀ ਸਾਹਿਬ ਦੇ ਪਾਠ ਨਿਤਨੇਮ ਤੋਂ ਇਲਾਵਾ ਹੋ ਸਕਣ ਕਰਨੇ ਚਾਹੀਦੇ ਨੇ, ਪਰ ਅਸੀਂ ਤਾਂ ਇੱਕ ਵੀ ਬੜੀ ਮੁਸ਼ਕਲ ਨਾਲ ਕਰਦੇ ਹਾਂ, ਉਹ ਬਹੁਤ ਇੱਕ ਵੀ ਨਹੀਂ ਕਰਦੇ। ਇਸ ਵਾਸਤੇ ਸੁਮੰਤਰ ਕੌ ਨਾ ਲੈ ਹੈ, ਸ੍ਰੇਸ਼ਟ ਮੰਤਰ ਜੋ ਵਾਹਿਗੁਰੂ ਜੀ ਦਾ ਨਾਮ ਹੈ ਉਸ ਨੂੰ ਕੋਈ ਨਹੀਂ ਲਵੇਗਾ, ਕੋਈ ਨਹੀਂ ਜਪੇਗਾ, ਹੋਰ ਮੰਤਰਾਂ ਦਾ ਜਾਪ ਕੋਈ ਕਰੀ ਜਾਣਗੇ। ਅਧਰਮ ਕਰਮ ਕਹਿ ਹੈ, ਅਧਰਮ ਪਾਪਾਂ ਵਾਲੇ ਕਰਮਾਂ ਨੂੰ ਕਰਨਗੇ, ਤੇ ਕਹਿੰਦੇ ਨੇ ਧਰਮ ਦਾ ਜਿਹੜਾ ਭੁਲੇਖਾ ਹੈ, ਧਰਮ ਦਾ ਜੋ ਕਹਿੰਦੇ ਨੇ ਧਰਮ ਦਾ ਜਿਹੜਾ ਭੁਲੇਖਾ ਹੈ, ਧਰਮ ਦਾ ਜਿਹੜਾ ਖਿਆਲ ਹੈ, ਵਿਚਾਰਧਾਰਾ ਹੈ, ਧਰਮ ਦੀ ਜਿਹੜੀ ਪਲਮਾਨਸਤਾ ਹੈ ਉਸ ਨੂੰ ਨਾਸ਼ ਕਰ ਦੇਣਗੇ। ਤੇ ਅੰਤ ਨੂੰ ਉਹ ਜੀਵ ਜਦੋਂ ਆਪਣੇ ਸਰੀਰ ਦਾ ਤਿਆਗ ਕਰਨਗੇ ਉਹ ਕਾਲ ਦੀ ਫਾਹੀ ਵਿੱਚ ਫਸ ਜਾਣਗੇ, ਜਿਸ ਕਾਲ ਦੀ ਫਾਹੀ ਤੋਂ ਮਨੁੱਖ ਨੂੰ ਛੁਟਕਾਰਾ ਨਹੀਂ ਪ੍ਰਾਪਤ ਹੁੰਦਾ। ਨਿਧਾਨ ਨਰਕ ਬਸ ਹੈ, ਫਿਰ ਪੜ੍ਹਨਾ ਇਹ ਪਾਠ, ਨਿਧਾਨ ਨਰਕ ਦਾ, ਨਿਧਾਨ ਨਰਕ ਬਸ ਹੈ, ਨਿਧਾਨ 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 ਤੇ ਨਿਧਾਨ ਵਿੱਚ ਇਹਨਾਂ ਫਰਕ ਹੈ, ਨਿਧਾਨ ਕਹਾਂਗੇ ਤੇ ਖਜ਼ਾਨਾ ਹੋ ਜਾਵੇਗਾ, ਮਗਰ ਇੱਥੇ ਹੈ ਨਿਦਾਨ, ਨਿਦਾਨ ਅੰਤ ਨੂੰ ਅਖੀਰ ਤੇ ਕਹਿੰਦੇ ਨਿਦਾਨ ਅੰਤ ਨੂੰ ਨਰਕਾਂ ਦੇ ਵਿੱਚ ਹੀ ਵਸਣਾ ਕਰਨਗੇ। ਕੋ ਕਰਮ ਕਰਨ ਲੱਗੇ, ਕਹਿੰਦੇ ਨੇ ਚੰਗੇ ਕਰਮਾਂ ਦਾ ਤਿਆਗ ਕਰਕੇ ਮਾੜੇ ਕਰਮ ਕਰਨ ਲੱਗ ਗਏ, ਸੋ ਧਰਮ ਛੱਡ ਭਾਗੇ, ਸ੍ਰੇਸ਼ ਧਰਮ ਸੀ ਉਸ ਦੇ ਤਾਂ ਹੀ ਛੱਡ ਕੇ ਭੱਜ ਗਏ, ਦੌੜ ਗਏ, ਧਰਮ ਦਾ ਤਿਆਗ ਕਰ ਦਿੱਤਾ। ਕਮਾਤ ਨਿਤ ਪਾਪੰ, ਨਿਤਾ ਪ੍ਰਤੀ ਪਾਪ ਦੀ ਕਮਾਈ ਕਰਦੇ ਨੇ, ਪਾਪ ਹੀ ਪਾਪ ਕਮਾਉਂਦੇ ਨੇ, ਪਰ ਇਹਨਾਂ ਪਾਪਾਂ ਦਾ ਨਤੀਜਾ ਤਾਂ ਕੁਛ ਵੀ ਨਹੀਂ। ਇੱਕ ਰਾਜੇ ਨੇ ਬਹੁਤ ਵੱਡਾ ਪਾਪ ਕੀਤਾ, ਬੜੀ ਵੱਡੀ ਬੇਇਨਸਾਫੀ ਕੀਤੀ, ਬਹੁਤ ਵੱਡਾ ਗੁਨਾਹ ਕੀਤਾ, ਕਿਉਂਕਿ ਗੁਰੂ ਜੀ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਿਵਾਰਕ ਜੀਵਨ ਨੂੰ ਬਹੁਤ ਮਹਾਨਤਾ ਦਿੱਤੀ ਹੈ। ਜਿਸ ਤਰ੍ਹਾਂ ਇੱਕ ਮਾਲੀ ਵਨ ਸਵੰਨੇ ਰੰਗ ਬਰੰਗੇ ਚੰਗੇ ਤੋਂ ਚੰਗੇ ਸੁੰਦਰ ਫੁੱਲ ਉਗਾ ਕੇ ਖੁਸ਼ ਹੁੰਦਾ ਹੈ,
ਇਸੇ ਹੀ ਤਰ੍ਹਾਂ ਇੱਕ ਮਾਂ ਤੇ ਇੱਕ ਬਾਪ ਦੀਆਂ ਵੀ ਨਾ ਜਾਣੇ ਆਪਣੇ ਬੱਚਿਆਂ ਦੇ ਸੰਬੰਧ ਵਿੱਚ ਕਿਤਨੀਆਂ ਕਿਤਨੀਆਂ ਸਧਰਾਂ ਹੁੰਦੀਆਂ ਨੇ, ਕਿਤਨੀਆਂ ਕਿਤਨੀਆਂ ਭਾਵਨਾਵਾਂ ਹੁੰਦੀਆਂ ਨੇ, ਕਿਤਨੀਆਂ ਕਿਤਨੀਆਂ ਉਹਨਾਂ ਦੀਆਂ ਖਾਸ਼ਾਵਾਂ ਹੁੰਦੀਆਂ ਨੇ। ਆਪਣੇ ਜੀਵਨ ਦਾ, ਆਪਣੇ ਖੂਨ ਦਾ ਪਾਣੀ ਪਾ ਕੇ ਉਹ ਇਹਨਾਂ ਫੁੱਲਾਂ ਨੂੰ ਪ੍ਰਫੁੱਲਤ ਕਰਦੇ ਨੇ। ਮਾਂ ਬੜੀ ਖੁਸ਼ ਹੁੰਦੀ ਏ ਜਦੋਂ ਪੁੱਤਰ ਥੋੜਾ ਜਿਹਾ ਵੱਡਾ ਹੋਣ ਲੱਗਦਾ, ਬਈ ਤੇਰਾ ਆਪਣੀ ਮਰਜ਼ੀ ਨਾਲ ਵਿਆਹ ਕਰਨਾ, ਬੜੀ ਰੌਣਕ ਕਰਾਂਗੇ, ਸਾਰਿਆਂ ਨੂੰ ਬੁਲਾਵਾਂਗੇ। ਪਰ ਉਹ ਹਸਰਤ ਰਹਿ ਜਾਂਦੀ ਏ ਜਦੋਂ ਪੁੱਤਰ ਉਹ ਕਿਸੇ ਹਿੱਪਣੀ ਨੂੰ ਨਾਲ ਲੈ ਕੇ ਘਰ ਆ ਜਾਂਦਾ, ਜਾਂ ਕਹਿ ਦਿੰਦਾ ਵੀ ਜੇ ਤੁਸੀਂ ਇਹਨੂੰ ਘਰ ਨਹੀਂ ਆਉਣ ਦੇਣਾ ਤਾਂ ਆਪਾਂ ਘਰੋਂ ਚਲੇ ਜਾਂਦੇ, ਦੋਨਾਂ ਵਿੱਚੋਂ ਇੱਕ ਚੀਜ਼ ਤਾਂ ਹੋਵੇਗੀ। ਇਸ ਵਾਸਤੇ ਸੰਤਾਨ ਔਲਾਦ ਜਿਹੜੀ ਹੈ ਉਹਦਾ ਬਹੁਤ, ਉਹਦੀ ਬੜੀ ਮਹਾਨਤਾ ਹੈ, ਬਹੁਤ ਵਿਸ਼ੇਸ਼ਤਾ ਹੈ। ਮਨੁੱਖ ਦੇ ਪਾਸ ਸਭ ਤੋਂ ਜ਼ਿਆਦਾ ਕੋਈ ਕੀਮਤੀ ਚੀਜ਼ ਹੈ ਤੇ ਉਹਦੇ ਬੱਚੇ ਨੇ, ਉਹਦੀਆਂ ਬੱਚੀਆਂ ਹਨ। ਬੇਨਤੀ ਕਰ ਰਿਹਾ ਸਾਂ, ਪਰ ਇੱਕ ਹਰ ਬਾਪ ਇਹੋ ਚਾਹੁੰਦਾ ਹੈ ਉਹਨੂੰ ਭਾਵੇਂ ਸੁੱਖ ਨਾ ਵੀ ਪ੍ਰਾਪਤ ਹੋਣ, ਉਹਨੂੰ ਭਾਵੇਂ ਕੁਝ ਵੀ ਨਾ ਪ੍ਰਾਪਤ ਕਰੇ, ਪ੍ਰਾਪਤ ਹੋਵੇ ਪਰ ਬੱਚਿਆਂ ਦੇ ਰਾਹਾਂ ਵਿੱਚ ਫੁੱਲ ਹੀ ਫੁੱਲ ਖਿਲ ਉੱਠਣ। ਆਪਣਾ ਸ਼ੇਰ ਅੱਧਾ ਇੱਥੇ ਕਹਿਣਾ ਚਾਹਾਂਗਾ, ਖੁਦਾ ਕਰੇ ਤੇਰੀ ਰਾਹੋਂ ਮੇ ਫੂਲ ਹੀ ਫੂਲ ਖਿਲ ਉੱਠੇ। ਕਹਿੰਦੇ ਨੇ ਵਾਹਿਗੁਰੂ ਕਰੇ ਐ ਮੇਰੇ ਬੇਟੇ, ਐ ਮੇਰੀ ਬੇਟੀ, ਤੇਰੀ ਜ਼ਿੰਦਗੀ ਦੀਆਂ ਰਾਹਾਂ ਵਿੱਚ ਫੁੱਲ ਹੀ ਫੁੱਲ ਖਿਲੇ ਹੋਏ ਹੋਣ, ਸੁੱਖ ਹੀ ਸੁੱਖ ਹੋਣ, ਕਦੇ ਤੈਨੂੰ ਦੁੱਖਾਂ ਦੀ ਤੱਤੀ ਹਵਾ ਨਾ ਲੱਗੇ। ਪਰ ਇੱਕ ਰਾਜੇ ਬਾਪ ਨੇ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ, ਔਰ ਉਹ ਵੀ ਇੱਕ ਕੁਸ਼ਤੀ ਨਾਲ ਵਿਆਹ ਕੀਤਾ, ਘੋੜੀ ਨਾਲ ਵਿਆਹ ਕਰ ਦਿੱਤਾ। ਪਰ ਹਰ ਮਨੁੱਖ ਦੀ ਜ਼ਿੰਦਗੀ ਨੇ ਇੱਕ ਦਿਨ ਤੇ ਮੁੱਕਣਾ, ਇੱਕ ਦਿਨ ਤਾਂ ਸਮਾਪਤ ਹੋਣਾ। ਕੋਈ ਮਨੁੱਖ ਕਿਤਨਾ ਵੀ ਜੀ ਲਵੇ, ਕਿਤਨੇ ਵੀ ਯਤਨ ਕਰੇ, ਜ਼ਿੰਦਗੀ ਤੇ ਮੁੱਕ ਜਾਵੇਗੀ। ਸੂਰਜ ਚੜ੍ਹਦਾ ਤਾਂ ਦੇਖਿਆ ਪਰ ਛਿਪਦਾ ਨਹੀਂ, ਚੜਿਆ ਜ਼ਰੂਰ ਪਰ ਛਿਪ ਗਿਆ, ਕਾਇਮ ਤਾਂ ਨਾ ਰਹਿ ਸਕਿਆ। ਉਸ ਰਾਜੇ ਤੇ ਵੀ ਉਹ ਅੰਤਿਮ ਦਿਨ ਆਇਆ, ਅਖੀਰਲਾ ਵਕਤ ਆਇਆ ਜਦੋਂ ਮਹਿਸੂਸ ਹੋਇਆ ਕਿ ਹੁਣ ਜ਼ਿੰਦਗੀ ਦੀ ਕੋਈ ਆਸਾ ਨਹੀਂ ਰਹੀ। ਫਿਰ ਅੰਮ੍ਰਿਤਸਰ ਆ ਗਿਆ, ਆ ਕੇ ਖਿਮਾ ਮੰਗੀ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸਿਰ ਸੁੱਟ ਦਿੱਤਾ। ਹੁਣ ਉਠਾਇਆ ਵੀ ਉੱਠਦਾ ਨਹੀਂ। ਹਜ਼ੂਰ ਫਰਮਾਉਂਦੇ ਨੇ ਰਾਜਨ ਉੱਠੋ, ਸਿਰ ਚੁੱਕੋ, ਆਰਾਮ ਨਾਲ ਬੈਠੋ, ਸੰਗਤ ਵਿੱਚ ਬੈਠ ਕੇ ਗੱਲ ਕਰੋ। ਪਰ ਨਹੀਂ, ਗੁਨਾਹਾਂ ਦਾ ਭਾਰ, ਪਾਪਾਂ ਦਾ ਭਾਰ ਉਹਦੇ ਸਿਰ ਤੇ ਇਤਨਾ ਸੀ ਕਿ ਸਿਰ ਚੁੱਕਿਆ ਹੀ ਨਹੀਂ ਸੀ ਜਾ ਸਕਦਾ, ਸਿਰ ਉਠਾਇਆ ਜਾ ਹੀ ਨਹੀਂ ਸੀ ਸਕਦਾ। ਉਹ ਬੇਟੀ ਵੀ ਕੋਲ ਬੈਠੀ ਹੋਈ ਸੀ, ਸਭ ਕੁਝ ਭੁੱਲ ਕੇ ਬਾਪ ਨੂੰ ਬਾਹਾਂ ਤੋਂ ਪਕੜ ਕੇ ਉਠਾਉਣ ਦਾ ਯਤਨ ਕਰਦੀ ਏ ਤੇ ਨਾਲੇ ਕਹਿ ਰਹੀ, ਪਿਤਾ ਜੀ ਉੱਠੋ, ਮੈਂ ਰਾਜ ਹਾਂ, ਤੁਹਾਡੀ ਬੇਟੀ ਹਾਂ, ਜੋ ਕੁਝ ਤੁਸੀਂ ਕੀਤਾ ਹੈ ਉਹ ਤੁਹਾਡੇ ਨਾਲ ਏ, ਪਰ ਮੇਰੇ ਤੇ ਆਖਰ ਤੁਸੀਂ ਬਾਪ ਹੀ ਹੋ। ਇਹ ਸੀ ਪੁਰਾਣੀਆਂ ਬੇਟੀਆਂ ਦਾ ਜੀਵਨ, ਉਹਨਾਂ ਦਾ ਆਦਰਸ਼। ਹੁਣ ਵਾਲਾ ਵਾਤਾਵਰਨ ਵੀ ਆਪਾਂ ਸੁਣ ਰਹੇ ਹਾਂ, ਬੇਨਤੀ ਕਰ ਰਿਹਾ ਸਾਂ, ਪਿਤਾ ਜੀ ਉੱਠੋ, ਮੈਂ ਰਾਜ ਹਾਂ, ਤੁਸੀਂ ਆਪਣੇ ਮਨ ਵਿੱਚ ਕੁਝ ਵੀ ਨਾ ਮਹਿਸੂਸ ਕਰੋ, ਮੇਰੇ ਦਿਲ ਤੇ ਦਿਮਾਗ ਵਿੱਚ ਕੋਈ ਵੀ ਅਸਰ ਤੇ ਕੋਈ ਵੀ ਪ੍ਰਭਾਵ ਨਹੀਂ। ਤੇ ਉਹ ਕੁਸ਼ਤੀ ਵੀ ਕੋਲ ਖਲੋਤਾ ਹੋਇਆ ਸੀ, ਉਹਨੇ ਵੀ ਗੋਡਿਆਂ ਨੂੰ ਹੱਥ ਲਾਇਆ, ਕਦਮ ਛੋਹੇ ਤੇ ਆਖਿਆ, ਤੁਸੀਂ ਗੁਰੂ ਕੀ ਸ਼ਰਨ ਵਿੱਚ ਆਏ ਹੋ, ਗੁਰੂ ਤੇ ਸਭਨਾਂ ਦੇ ਗੁਨਾਹ ਬਖਸ਼ ਲੈਂਦਾ, ਗੁਰੂ ਤੇ ਸਭਨਾਂ ਨੂੰ ਮਾਫ਼ ਕਰ ਦਿੰਦਾ ਜਦੋਂ ਕੋਈ ਬਖਸ਼ਾਣ ਦੇ ਨਜ਼ਰੀਏ ਨਾਲ ਆਵੇ। ਜਦੋਂ ਅਸੀਂ ਗੁਰੂ ਚਰਨਾਂ ਵਿੱਚ ਬਖਸ਼ਾਣ ਲਈ ਆਵਾਂਗੇ, ਜ਼ਰੂਰ ਸਤਿਗੁਰੂ ਦੀ ਬਖਸ਼ਿਸ਼ ਕਰਨਗੇ, ਜ਼ਰੂਰ ਬਖਸ਼ਿਸ਼ ਕਰਨਗੇ। ਆਸੇ ਪਾਸੇ ਹੋਰ ਲੋਕਾਂ ਦੇ ਪਿੱਛੇ ਦੌੜਨ ਵਾਲੀਆਂ ਬੱਚੀਆਂ ਨੂੰ, ਬੀਬੀਆਂ ਨੂੰ, ਆਪਣੀਆਂ ਭੈਣਾਂ ਨੂੰ ਮੈਂ ਹਮੇਸ਼ਾ ਇੱਕ ਹੀ ਬੇਨਤੀ ਕਰਦਾ ਹਾਂ ਕਿ ਕਦੇ ਅਸਮਾ ਕੇ ਦੇਖੋ ਤਾਂ ਸਹੀ,
ਕਦੇ ਆਪਣੇ ਪਿਤਾ ਦੇ ਨਾਲ ਆਪਣੇ ਮਨ ਦੀ ਦਿਲ ਖੋਲ ਕੇ ਗੱਲ ਤਾਂ ਕਰੋ ਸਹੀ। ਇੱਕ ਬੇਟੀ ਆਪਣੇ ਪਰਿਵਾਰਕ ਜੀਵਨ ਵਿੱਚ ਜੇ ਕੋਈ ਦੁੱਖ ਹੋਵੇ ਤੇ ਉਹ ਆਪਣੇ ਮਾਂ ਬਾਪ ਦੇ ਗੋਡੇ ਦੇ ਪਾਸ ਬੈਠ ਕੇ ਤੇ ਸੁਣਾ ਦੇਵੇਗੀ। ਪਰ ਕਦੇ ਉਹਨੇ ਇਹ ਨਹੀਂ ਕੋਸ਼ਿਸ਼ ਕੀਤੀ ਕਿ ਉਸ ਪਿਤਾ ਤੋਂ ਵੀ ਮੇਰਾ ਹੋਰ ਸੱਚਾ ਪਿਤਾ ਹੈ ਔਰ ਉਸ ਬਾਪ ਤੋਂ ਵੀ ਮੇਰਾ ਹੋਰ ਵੱਡਾ ਬਾਪ ਹੈ ਜਿਸ ਦੇ ਪਾਸ ਮੈਂ ਆਪਣੀ ਜ਼ਿੰਦਗੀ ਦਾ ਉਹ ਹਾਲ ਵੀ ਸੁਣਾ ਸਕਾਂਗੀ ਜਿਹੜਾ ਬਾਪ ਨੂੰ ਨਹੀਂ ਕਹਿ ਸਕਦੀ ਤੇ ਮਾਂ ਨੂੰ ਨਹੀਂ ਕਹਿ ਸਕਦੀ। ਪਰ ਕਦੇ ਅਸੀਂ ਸੁਣਾਉਣ ਦਾ ਯਤਨ ਨਹੀਂ ਕਰਦੇ। ਅਸੀਂ ਜੰਤਰਾਂ ਮੰਤਰਾਂ ਵਾਲੀਆਂ ਲੋਕਾਂ ਦੇ ਪਿੱਛੇ ਦੌੜਦੇ ਹਾਂ। ਪੰਜ ਡਾਲਰ ਨੂੰ ਪਾਣੀ ਦੀਆਂ ਬੋਤਲਾਂ ਵੇਚਣ ਵਾਲਿਆਂ ਦੇ ਪਿੱਛੇ ਦੌੜਦੇ ਹਾਂ। ਪੰਜ ਰੁਪਇਆਂ ਨੂੰ ਜੰਤਰ ਮੰਤਰ ਲਿਖ ਕੇ ਦੇਣ ਵਾਲਿਆਂ ਦੇ ਪਿੱਛੇ ਤੇ ਸਾਡੀਆਂ ਬੱਚੀਆਂ ਦੌੜਦੀਆਂ ਨੇ। ਕਾਸ਼ ਇੱਕ ਬੱਚੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਮਰੇ ਵਿਚ ਇਕੱਲਿਆਂ ਉਹਨਾਂ ਦੇ ਪਾਸ ਬੈਠ ਕੇ ਆਪਣਾ ਦੁੱਖ ਸੁੱਖ ਕਵੇ ਤੇ ਬੇਨਤੀ ਕੇ ਕਰੇ, ਹੇ ਪਰਮ ਪਿਤਾ, ਤੂੰ ਤੇ ਮੇਰੇ ਜਨਮਦਾਤੇ ਪਿਤਾ ਨਾਲੋਂ ਵੀ ਵੱਡਾ ਪਿਤਾ ਹੈ, ਮਿਹਰਾਮਤ ਕਰ, ਮੇਰੇ ਤੇ ਕਿਰਪਾ ਕਰ, ਮੇਰਾ ਦੁੱਖ ਤੇ ਸੁੱਖ ਤੇਰੇ ਕਦਮਾਂ ਵਿਚ ਹੀ। ਆਖਿਰ ਕੋਈ ਬਾਪ ਦੇ ਪਾਸ ਆਪਣਾ ਦੁੱਖ ਸੁੱਖ ਨਹੀਂ ਸੁਣਾਵੇਗਾ ਤੇ ਕਿਸ ਦੇ ਪਾਸ ਕਹੇਗਾ। ਜਦੋਂ ਕੋਈ ਬੱਚੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਪਰਮੇਸ਼ਵਰ ਪਰਮ ਪਿਤਾ ਸਮਝ ਕੇ ਆਪਣੇ ਮਨੋ ਦੁੱਖ ਸੁੱਖ ਸੁਣਾਵੇਗੀ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰ ਬਖਸ਼ਾਂ ਕਰਨਗੇ, ਪਿਆਲਾ ਜ਼ਰੂਰ ਮਿਹਰਾਮਤ ਹੋਵੇਗੀ ਔਰ ਜੋ ਵੀ ਦਾਤ ਮੰਗਾਂਗੇ ਜ਼ਰੂਰ ਪ੍ਰਾਪਤ ਹੋਵੇਗਾ, ਜ਼ਰੂਰ ਬਖਸ਼ਿਸ਼ ਮਿਲੇਗੀ। ਉਸ ਕੁਸ਼ਤੀ ਨੇ ਵੀ ਆਖਿਆ, ਤੁਸੀਂ ਅੱਜ ਗੁਰੂ ਤੋਂ ਬਖਸ਼ਾਣ ਵਾਸਤੇ ਆਏ ਹੋ, ਉਹ ਬਖਸ਼ਿੰਦ ਨੇ, ਜ਼ਰੂਰ ਬਖਸ਼ਣਗੇ। ਉਹ ਤੇ ਜੋ ਕੁਝ ਹੋਣਾ ਸੀ ਹੋ ਗਿਆ, ਤੁਸੀਂ ਆਪਣੇ ਆਪ ਨੂੰ ਸੰਭਾਲੋ, ਮੈਂ ਰਾਜ ਦਾ ਪਤੀ ਹਾਂ, ਅਸੀਂ ਦੋਨਾਂ ਤੁਹਾਡੇ ਪਾਸ ਖਲੋਤੇ ਹੋਏ ਹਾਂ। ਪਰ ਉਹ ਫਿਰ ਵੀ ਸਿਰ ਨਹੀਂ ਸਨ ਚੁੱਕਦੇ, ਫਿਰ ਨਹੀਂ ਸਨ ਸਿਰ ਉਠਾਉਂਦੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਮੌਕੇ ਤੇ ਦੁਨੀਆਂ ਦੇ ਲੋਕਾਂ ਨੂੰ ਸਮਝਾਇਆ, ਕੋਈ ਰਾਜਾ ਹੋਵੇ, ਕੋਈ ਮਹਾਰਾਜਾ ਹੋਵੇ, ਜਿਹੜੇ ਪਾਪ ਦੇ ਕਰਮ ਨੇ ਉਹ ਸਾਰਿਆਂ ਨੂੰ ਫਲ ਜ਼ਰੂਰ ਦਿੰਦੇ ਨੇ। ਪਾਪ ਦੇ ਕਰਮਾਂ ਤੋਂ ਕਿਸੇ ਮਨੁੱਖ ਦਾ ਛੁਟਕਾਰਾ ਨਹੀਂ ਹੁੰਦਾ। ਕਮਾਤ ਨਿਤ ਪਾਪਨ, ਮਨੁੱਖ ਭਾਵੇਂ ਨਿਤਾਂ ਪ੍ਰਤੀ ਪਾਪ ਕਮਾਉਂਦਾ ਪਰ ਪਾਪ ਨੇ ਫਲ ਦੇਣੇ। ਹਜ਼ੂਰ ਜੀ ਨੇ ਫਰਮਾਇਆ, ਰਾਜਨ ਕਿਉ ਸੋਇਆ ਤੂੰ ਨੀਂਦ ਪਰੇ, ਜਾਗਤ ਕਤਨਾ ਹੀਰਾਮ, ਮਾਇਆ ਝੂਠ ਰੁਦਨ ਕੇਤੇ ਬਿਲਲਾ ਹੀਰਾਮ, ਜਾਂ ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵ ਦਿਆ ਤੇਰਾ ਕੋਈ ਨਾ ਬੇਲੀ ਰਾਮ। ਵਿਆਹਗੜਾ ਛੰਤ ਮਹੱਲਾ ਪੰਜਵਾਂ, ਕੋਈ ਵੀ ਤੇਰਾ ਅੰਤ ਦੇ ਮੌਕੇ ਤੇ ਮਿੱਤਰ ਨਹੀਂ ਬਣੇਗਾ, ਸਹਾਇਕ ਨਹੀਂ ਹੋਵੇਗਾ। ਇਸ ਵਾਸਤੇ ਤੈਨੂੰ ਪਾਪ ਕਰਮਾਂ ਤੋਂ ਬਚਣਾ ਚਾਹੀਦਾ, ਪਾਪ ਕਰਮ ਤਿਆਗਣੇ ਚਾਹੀਦੇ ਨੇ। ਤਿਆਗ ਕਰ, ਜ਼ਰੂਰ ਤਿਆਗ ਕਰ, ਪਰ ਖਾਲੀ ਮਕਾਨ ਤਿਆਗਣ ਨਾਲ ਨਹੀਂ ਗੱਲ ਬਣਨੀ। ਆਪਣੀ ਪਤਨੀ ਦਾ ਤਿਆਗ ਕਰਨ ਨਾਲ ਵੀ ਤੂੰ ਤਿਆਗੀ ਨਹੀਂ ਬਣ ਸਕੇਗਾ, ਆਪਣੇ ਬੱਚਿਆਂ ਨੂੰ ਤਿਆਗਣ ਨਾਲ ਵੀ ਤੂੰ ਤਿਆਗੀ ਨਹੀਂ ਬਣ ਸਕੇਗਾ। ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਆਹ ਤਿਆਗ ਹੈ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ, ਮਾਰੂ ਮਹੱਲਾ ਪੰਜਵਾਂ। ਜੇ ਤੇ ਸਾਰਾ ਕੋਈ ਤਿਆਗ ਸਕਦਾ ਹੈ ਤਾਂ ਤੇ ਤੇਰਾ ਤਿਆਗ ਮੁਬਾਰਕ ਹੀ ਹੋ ਗਏ, ਪਰ ਜੇ ਤੂੰ ਇਹ ਤਿਆਗ ਨਹੀਂ ਸਕਿਆ, ਜੇ ਤੂੰ ਇਹ ਬੁਰਾਈਆਂ ਨਹੀਂ ਤਿਆਗੀਆਂ,
ਤੇ ਫਿਰ ਤੇਰਾ ਤਿਆਗ ਦਿਖਾਵੇ ਦਾ ਇਹਦੇ ਨਾਲੋਂ ਤੇ ਕਿਤਨਾ ਚੰਗਾ ਸੀ ਤੂੰ ਆਪਣੇ ਬੱਚਿਆਂ ਵਿਚ ਰਹਿੰਦਾ, ਆਪਣੇ ਪਰਿਵਾਰ ਵਿਚ ਰਹਿੰਦਾ, ਆਪਣੇ ਕਾਰੋਬਾਰ ਵਿਚ ਰਹਿੰਦਾ, ਆਪਣੀ ਕਿਰਤ ਕਰਕੇ ਉਹਦੇ ਵਿਚੋਂ ਜਿਤਨਾ ਕੁ ਹੋ ਸਕਦਾ ਵੰਡ ਕੇ ਸ੍ਰੀ ਵਾਹਿਗੁਰੂ ਦਾ ਨਾਮ ਜਪਦਾ। ਪਰ ਕਮਾਤ ਨਿਤ ਪਾਪਮ, ਨਿਤਾ ਪ੍ਰਤੀ ਜੀਵ ਪਾਪ ਕਮਾਉਂਦੇ ਨੇ। ਵਿਸਾਰ ਸਰਬ ਜਾਪੰ, ਸਾਰੇ ਜਾਪ ਪਾਰ ਬ੍ਰਹਮ ਪਰਮੇਸ਼ਵਰ ਦਾ ਜੋ ਜਾਪ ਹੈ ਉਹ ਸਾਰਾ ਕੁਝ ਵਿਸਾਰ ਕੇ ਭੁਲਾ ਕੇ ਪਾਪ ਕਮਾਉਂਦੇ ਹਨ। ਸੋ ਮਦ ਮੋਹ ਮਤੇ, ਕਹਿੰਦੇ ਨੇ ਮੋਹ ਦੀ ਮਦ ਸ਼ਰਾਬ ਵਿਚ ਉਹ ਜੀਵ ਮਤੇ ਮਸਤ ਹੋਏ ਹੋਏ ਨੇ। ਇੱਕ ਤਾਂ ਆ ਸ਼ਰਾਬ ਹੈ ਜਿਸ ਨੂੰ ਪੀ ਕੇ ਲੋਕ ਥੋੜੀ ਦੇਰ ਲਈ ਮਸਤੀ ਮਹਿਸੂਸ ਕਰਦੇ ਨੇ, ਥੋੜੀ ਮਸਤੀ ਮਹਿਸੂਸ ਕਰਦੇ ਨੇ, ਪਰ ਸ਼ਰਾਬ ਪੀਣ ਵਾਲੇ ਨੂੰ ਇਹ ਤੇ ਪਤਾ ਹੁੰਦਾ ਉਹ ਪੁਲਿਸ ਵਾਲਾ ਖਲੋਤਾ ਹੈ ਤੇ ਗਾਂ ਰੈਡ ਲਾਈਟ ਤੋਂ ਨਹੀਂ ਲੰਘਣਾ। ਇਹ ਸਾਰਾ ਕੁਝ ਉਹਨੂੰ ਪਤਾ ਹੁੰਦਾ, ਦੂਸਰਿਆਂ ਦੇ ਘਰਾਂ ਵਿਚ ਤਾਂ ਨਹੀਂ ਜਾਂਦਾ ਉਹ, ਕਿਉਂਕਿ ਪਤਾ ਹੁੰਦਾ। ਤੇ ਜੇ ਉਹਦੀ ਮਸਤੀ ਉਤਾਰਨੀ ਹੋਵੇ ਤੇ ਥੋੜਾ ਜਿਹਾ ਬਾਂਹ ਤੋਂ ਪਕੜ ਕੇ ਹਿਲਾ ਦਿਓ, ਹਿਲ ਜਾਵੇਗਾ ਉਹਦੀ ਮਸਤੀ ਉਤਰ ਜਾਵੇਗੀ। ਪਰ ਮਗਰ ਉਹ ਆਪਣੇ ਪਰਿਵਾਰ ਜਾਂ ਆਪਣੇ ਘਰ ਜਾ ਕੇ ਨਜਾਇਜ਼ ਤੌਰ ਤੇ ਰੋ ਪਾਉਂਦਾ ਹੈ ਤੇ ਸਵੇਰੇ ਕਹਿ ਦਿੰਦਾ ਹੈ ਸਾਰੀ ਮੈਂ ਪੀਤੀ ਹੋਈ ਸੀ, ਮੈਨੂੰ ਹੋਸ਼ ਕੋਈ ਨਹੀਂ ਸੀ, ਤਰਜ ਕੀਤੀ ਜਾ ਰਹੀ ਸੀ। ਇੱਥੇ ਹਜ਼ੂਰ ਫਰਮਾਉਂਦੇ ਨੇ ਦੂਸਰੀ ਸ਼ਰਾਬ ਹੈ ਮੋਹ ਦੀ। ਮੋਹ ਦੀ ਸ਼ਰਾਬ ਵਿਚ ਮਦ ਵਿਚ ਮਤੇ ਮਸਤ ਹੋਏ ਨੇ। ਸੋ ਕਰਮ ਕੇ ਕੁਪੱਤੇ, ਸ੍ਰੇਸ਼ਟ ਕਰਮਾਂ ਦੇ ਤਾਈ ਕੁਪਤ ਕਰਦੇ ਨੇ, ਬੇਪਤ ਕਰਨ ਵਾਲੇ ਨੇ, ਕੁਪੱਤੇ ਨੇ। ਜਿਹੜਾ ਆਦਮੀ ਬਹੁਤਾ ਹਰ ਪਹਿਲੂ ਤੋਂ ਹੁਸ਼ਿਆਰ ਹੋਵੇ, ਜਿਹਨੂੰ ਨਾ ਆਪਣੀ ਇੱਜ਼ਤ ਦੀ ਪਰਵਾਹ ਹੋਵੇ ਨਾ ਦੂਸਰੇ ਦੀ ਇੱਜ਼ਤ ਦੀ ਪਰਵਾਹ ਹੋਵੇ, ਉਹਨੂੰ ਕਹਿੰਦੇ ਨੇ ਇਹ ਆਦਮੀ ਬੜਾ ਕੁਪੱਤਾ ਹੈ। ਇਸ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ ਸੋ ਕਰਮ ਕੇ ਕੁਪੱਤੇ, ਸ੍ਰੇਸ਼ਟ ਕਰਮਾਂ ਦੇ ਵੱਲੋਂ ਕੁਪੱਤੇ ਨੇ, ਉਹਨਾਂ ਦੀ ਕੋਈ ਪੱਤ ਨਹੀਂ, ਕੋਈ ਇੱਜ਼ਤ ਨਹੀਂ, ਕਿਉਂਕਿ ਉਹ ਸ੍ਰੇਸ਼ਟ ਕਰਮਾਂ ਤੋਂ ਦੂਰ ਹੋ ਚੁੱਕੇ ਨੇ। ਸੋ ਕਾਮ ਕ੍ਰੋਧ ਰਾਚੇ, ਉਹ ਐਸੇ ਲੋਕ ਕਾਮ ਵਿੱਚ ਕ੍ਰੋਧ ਵਿੱਚ ਰਚੇ ਮਿਲੇ ਹੋਏ ਹਨ। ਉਤਾਰ ਲਾਜ ਨਾਚੇ, ਬਸ ਲਾਜ ਸ਼ਰਮ ਉਤਾਰ ਕੇ, ਸ਼ਰਮ ਲਾ ਕੇ ਨਾਚੇ ਨੱਚੀ ਜਾ ਰਹੇ ਨੇ। ਬੇਪਤ ਧਰਮ ਨਾ ਧਰਮ ਕਰਮ ਕਉ ਕਰੈ, ਧਰਮ ਦੇ ਕਰਮਾਂ ਨੂੰ ਨਹੀਂ ਕਰਦੇ। ਦਰਖਾ ਕਥਾ ਸੁਨੇ ਰਹਿ, ਤੇ ਆ ਜੋ ਗੁਰਸ਼ਬਦ ਦੀ ਕਥਾ ਹੋ ਰਹੀ ਏ, ਧਰਮ ਗ੍ਰੰਥਾਂ ਦੀ ਜੋ ਕਥਾ ਹੋ ਰਹੀ ਏ, ਧਰਮ ਗ੍ਰੰਥਾਂ ਦੀ ਜੋ ਵਿਚਾਰ ਹੋ ਰਹੀ ਏ, ਕਹਿੰਦੇ ਨੇ ਇਹਦੇ ਨਾਲ ਆਪਣਾ ਕੀ ਮਤਲਬ। ਇੱਥੇ ਤਾਂ ਵਿਹਲੇ ਜਾਣ ਜਾਂ ਉਹ ਜਾਣ ਜਿਨ੍ਹਾਂ ਨੇ ਘਰ ਰੋਟੀ ਪਕਾ ਕੇ ਨਹੀਂ ਅੱਗ ਖਾਣੀ, ਲੰਗਰ ਵਾਸਤੇ ਜਾਂਦੇ ਨੇ, ਇਉਂ ਕਹਿੰਦੇ ਨੇ। ਪਰ ਬਿਰਥਾ ਕਥਾ ਕਉ ਸੁਨੇ, ਕਹਿੰਦੇ ਨੇ ਉਹ ਲੋਕ ਬਿਰਥਾ ਕਥਾ ਸੁਨੇ ਰਹੇ, ਬਿਰਥਾ ਕਥਾ ਨਿਸ਼ਫਲ ਕਥਾਵਾਂ, ਜਾਸੂਸੀ ਨਾਵਲ ਜੋ ਟੀਵੀ ਤੇ ਸਿਨੇਮੇ ਵਿਚ ਦਿਖਾਇਆ ਜਾ ਰਿਹਾ ਹੈ, ਇਹ ਜਿਹੜੀ ਕਥਾ ਹੈ ਇਸ ਕਥਾ ਨੂੰ ਸੁਣਦੇ ਵੀ ਨੇ ਔਰ ਰਹੇ ਕਹਿੰਦੇ ਵੀ ਨੇ, ਸੁਣਾਦੇ ਵੀ ਨੇ, ਦਰਸਾਉਂਦੇ ਵੀ ਨੇ ਔਰ ਆਪ ਵੀ ਬਿਆਨ ਕਰਦੇ ਨੇ ਔਰ ਸੁਣਦੇ ਵੀ ਨੇ, ਯਾਨੀ ਅਸ਼ੁਭ ਵਿਚਾਰਾਂ ਦੇ ਤਾਂ ਸੁਣਦੇ ਨੇ, ਅਸ਼ੁਭ ਵਿਚਾਰਾਂ ਦੇ ਤਾਂ ਕਹਿੰਦੇ ਹਨ। ਉਹ ਕਰਮ ਕਰਮ ਸੋ ਫਸਾ, ਕਰਮਾਂ ਵਿੱਚੋਂ ਮਾੜੇ ਕਰਮਾਂ ਦੇ ਵਿੱਚ ਉਹ ਫਸ ਗਏ ਨੇ, ਤੇ ਜਿਹੜਾ ਜੀਵ ਫਸ ਜਾਵੇ ਉਹ ਫਿਰ ਨਿਕਲਣਾ ਉਹਦੇ ਲਈ ਮੁਸ਼ਕਲ ਹੋ ਜਾਂਦਾ, ਉਹ ਨਿਕਲ ਨਹੀਂ ਸਕਦਾ। ਦੱਸਦੇ ਨੇ ਲੋਕ ਆ ਜਿਹੜੇ ਸਮਗਲਰਾਂ ਦੇ ਗਰੋਹ ਨੇ, ਜਿਹੜਾ ਬੰਦਾ ਇਹਨਾਂ ਵਿੱਚ ਫਸ ਜਾਵੇ ਫਿਰ ਉਹ ਨਿਕਲ ਨਹੀਂ ਦਿੰਦੇ। ਵੀ ਆਦਮੀ ਥੋੜੀ ਦੇਰ ਤੱਕ ਕੁਝ ਕਮਾ ਕੇ ਨਿਕਲ ਜਾਵੇ, ਇਹ ਨਹੀਂ ਉਹ ਕਰਨ ਦਿੰਦੇ, ਉਹ ਉਲਝਾ ਲੈਂਦੇ ਨੇ ਤਾਂ ਜੋ ਰਾਤ ਨਾ ਉਗੜ ਜਾਵੇ, ਪਰਦਾ ਨਾ ਉਗੜ ਜਾਵੇ। ਇਸ ਲਈ ਉਹ ਜਿਹੜੇ ਵੱਡੇ ਗੈਂਗ ਦੇ ਸਰਦਾਰ ਹੁੰਦੇ ਨੇ, ਫਿਰ ਉਹਨਾਂ ਨੂੰ ਜਿਨ੍ਹਾਂ ਨੂੰ ਉਹ ਸ਼ਾਮਿਲ ਕਰ ਲੈਂਦੇ ਨੇ ਇੱਕ ਵਾਰੀ, ਫਿਰ ਨਿਕਲ ਨਹੀਂ ਲੈਂਦੇ। ਇਸੇ ਤਰ੍ਹਾਂ ਕੁਕਰਮਾਂ ਵਿੱਚ ਜੀਵ ਅਜਿਹੇ ਫਸੇ ਨੇ, ਸ੍ਰੇਸ਼ਟ ਕਰਮਾਂ ਦਾ ਤਿਆਗ ਕਰਕੇ ਮਾੜੇ ਕਰਮਾਂ ਵਿੱਚ ਉਹ ਫਸੇ ਨੇ ਔਰ ਫਿਰ ਨਿਕਲਦੇ ਨਹੀਂ। ਸਾਰੀ ਜ਼ਿੰਦਗੀ ਜਿਹੜੀ ਇੱਕ ਆਦਤ ਬਣ ਜਾਵੇ ਉਹਦਾ ਛੁੱਟਣਾ ਬੜਾ ਮੁਸ਼ਕਲ ਹੋ ਜਾਂਦਾ। ਵਾਹਿਗੁਰੂ ਕਿਰਪਾ ਕਰੇ ਤੇ ਵੱਡੀਆਂ 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 ਬੁਰਾਈਆਂ ਤੋਂ ਵੀ ਮਨੁੱਖ ਛੁਟਕਾਰਾ ਪ੍ਰਾਪਤ ਕਰ ਲੈਂਦਾ।
ਸਤ ਛਾੜ ਧਰਮ ਵਾ ਨਤ, ਸਤ ਦੇ ਤਾਈ ਛੱਡ ਕੇ ਧਰਮ ਵਾ ਧਰਮ ਤੋਂ ਧਰਮ ਤੋਂ ਨਸ ਜਾਂਦੇ ਨੇ, ਕਿਉਂਕਿ ਬਿਹਾਰ ਦੇ ਇੱਕ ਇਲਾਕੇ ਦੀ ਇਹ ਭਾਸ਼ਾ ਹੈ, ਬੋਲੀ ਹੈ ਧਰਮ ਵਾ, ਮਤਲਬ ਉਹ ਹੋਈ ਖਾਲੀ ਧਰਮ, ਧਰਮ ਦਾ ਤਿਆਗ ਕਰਕੇ ਇਹ ਨਸ ਜਾਂਦੇ ਨੇ। ਪੁਰਾਣ ਕਾਵ ਨਾ ਪੜਾ, ਕਹਿੰਦੇ ਨੇ ਪੁਰਾਣ ਧਰਮ ਗ੍ਰੰਥ ਜੋ ਹਿੰਦੂ ਧਰਮ ਦੇ 18 ਪੁਰਾਣ ਨੇ, ਹੋਰ ਵੀ ਕਾਵ ਕਵਿਤਾ ਦੇ ਤਾਂ ਜਿਹੜੇ ਧਰਮ ਗ੍ਰੰਥ ਹਨ ਉਹਨਾਂ ਨੂੰ ਨਹੀਂ ਪੜ੍ਹਦੇ। ਕੁਰਾਨ ਲੈ ਨਾ ਤੇ ਨਾ ਰੜੈ, ਕੁਰਾਨ ਲੈ ਨਾ ਤੇ ਰੜੈ, ਕਹਿੰਦੇ ਨੇ ਕੁਰਾਨ ਲੈ ਤਾਂ ਲੈਂਦੇ ਨੇ, ਮੁਸਲਮਾਨ ਵੀ ਇਸੇ ਪਹਿਲੂ ਤੇ ਨੇ, ਉਹ ਕੁਰਾਨ ਲੈ ਤਾਂ ਲੈਂਦੇ ਨੇ, ਆਪਣੇ ਪਾਸ ਰੱਖ ਤਾਂ ਲੈਂਦੇ ਨੇ, ਪਰ ਉਹਨਾਂ ਨੂੰ ਰੜੇ ਪੜ੍ਹਦੇ ਨਹੀਂ ਹੈ, ਉਹਨਾਂ ਨੂੰ ਉਚਾਰਦੇ ਨਹੀਂ, ਵਿਚਾਰਦੇ ਨਹੀਂ। ਅਧਰਮ ਕਰਮ ਕੋ ਕਰੈ, ਅਧਰਮ ਦੇ ਕਰਮਾਂ ਨੂੰ ਕਰਦੇ ਹਨ। ਸੋ ਧਰਮ ਜਾਤ ਤੇ ਡਰੈ, ਉਹ ਅਧਰਮ ਪਾਪਾਂ ਦੇ ਉਹ ਕਰਮ ਕਰਦੇ ਨੇ ਜਿਸ ਜਿਨ੍ਹਾਂ ਨੂੰ ਦੇਖ ਕੇ ਧਰਮ ਜਿਹੜਾ ਉਹ ਡਰਦਾ। ਹਾਂ, ਉਹ ਲੋਕ ਜਿਹੜੇ ਨੇ ਉਹ ਜੋ ਧਰਮ ਹੈ ਉਸ ਸ੍ਰੇਸ਼ਟ ਧਰਮ ਤੋਂ ਡਰਦੇ ਨੇ, ਧਰਮ ਦੇ ਨਜ਼ਦੀਕ ਨਹੀਂ ਆਉਂਦੇ। ਤਰਾਕ ਵਰਤਣਾ ਭਈ, ਤਰਾ ਕੇ ਵਰਣਤਾ ਭਈ, ਜਿਹੜੀ ਧਰਤੀ ਸੀ ਉਹ ਸਾਰੀ ਇੱਕ ਵਰਣ ਦੀ ਹੋ ਗਈ, ਸਭ ਇੱਕੇ ਖਿਆਲ ਦੇ ਲੋਕ ਹੋ ਗਏ, ਇੱਕੇ ਵਿਚਾਰ ਦੇ ਲੋਕ ਹੋ ਗਏ, ਖੱਤਰੀ ਬ੍ਰਾਹਮਣ ਸੂਦਰ ਬੈਸ, ਇਹ ਜਿਹੜਾ ਭੇਦ ਸੀ, ਇਹ ਜੋ ਵੱਖਰਾਪਨ ਸੀ, ਜੋ ਵੱਖਰੀਆਂ ਵੱਖਰੀਆਂ ਡਿਊਟੀਆਂ ਸਨ, ਉਹ ਸਭ ਸਮਾਪਤ ਹੋ ਗਈਆਂ। ਭਰਮ ਧਰਮ ਕੀ ਗਈ, ਉਹ ਧਰਮ ਦਾ ਜਿਹੜਾ ਭੁਲੇਖਾ, ਧਰਮ ਦਾ ਪਲਸਾਊਪਨ ਜਿਹੜਾ ਸੀਗਾ, ਉਹ ਧਰਮ ਦੀ ਸ੍ਰੇਸ਼ਟ ਵਿਚਾਰਧਾਰਾ ਚਲੇ ਗਈ। ਗ੍ਰਹਿ ਗ੍ਰਹਿ ਨਵੇਂ ਮਤ, ਘਰਾਂ ਘਰਾਂ ਵਿੱਚ ਨਏ ਨਏ ਮਤ ਹੋ ਗਏ, ਨਵੇਂ ਨਵੇਂ ਧਰਮ ਹੋ ਗਏ। ਚਲੇ ਭੋਇਮ ਜਥਾ ਤਥਮ, ਕਹਿੰਦੇ ਧਰਤੀ ਦੇ ਉੱਪਰ ਜੈਸੇ ਤੈਸੇ ਹੋਰ ਹੋਰ ਧਰਮ ਜਿਹੜੇ ਨੇ ਚੱਲ ਰਹੇ ਹਨ। ਗ੍ਰਹਿ ਗ੍ਰਹਿ ਨਏ ਮਤੰ, ਘਰਾਂ ਘਰਾਂ ਵਿੱਚ ਨਵੇਂ ਨਵੇਂ ਮਤ ਹੋ ਗਏ, ਧਰਮ ਹੋ ਗਏ, ਫਿਰ ਕਹਿ ਰਹੇ ਨੇ ਛੰਦ ਦੀ ਚਾਲ ਦੇ ਹਿਸਾਬ ਨਾਲ। ਭਈ ਧਰਮ ਨਹੀਂ ਗਤੰ, ਧਰਤੀ ਦੀ ਨਈ ਰੀਤੀ ਹੋ ਗਈ, ਧਰਤੀ ਦੀ ਨਵੀਨਤਾ ਆ ਗਈ, ਕਿਉਂਕਿ ਧਰਤੀ ਤੋਂ ਧਰਮ ਚਲਾ ਗਿਆ, ਜਿਸ ਦੇ ਬਲ ਕਰਕੇ ਉਹ ਸਥਿਤ ਸੀ, ਅਧਰਮ ਦਾ ਬੋਲ ਬਾਲਾ ਹੋ ਗਿਆ। ਅਧਰਮ ਰਾਜਤਾ ਲਈ, ਅਧਰਮ ਪਾਪਾਂ ਨੇ, ਅਧਰਮ ਨੇ ਰਾਜ ਸ਼ਕਤੀ ਜਿਹੜੀ ਸੀ ਉਹ ਪ੍ਰਾਪਤ ਕਰ ਲਈ, ਰਾਜੇ ਅਧਰਮੀ ਹੋ ਗਏ। ਕਿੱਥੇ ਰਾਜੇ ਧਰਮੀ ਹੁੰਦੇ ਸਨ, ਲੋਕ ਰਾਜ ਧਰਮ ਦੀ ਪਰੰਪਰਾ ਨੂੰ ਮਹਿਸੂਸ ਕਰਦੇ ਸਨ। ਪੁਰਾਣੇ ਪਟਿਆਲੇ ਦੇ ਪੁਰਾਣੇ ਲੋਕ ਇਹ ਵਿਚਾਰ ਦਰਸਾਉਂਦੇ ਨੇ ਕਿ ਜਦੋਂ ਕਦੇ ਇਸ ਸਟੇਟ ਦੀ ਮਸ਼ਹੂਰ ਨਦੀ ਘੱਗਰ ਵਿੱਚ ਪਾਣੀ ਜ਼ਿਆਦਾ ਆ ਜਾਣਾ, ਜਿਸ ਨੇ ਪਟਿਆਲਾ ਸ਼ਹਿਰ ਦੀ ਤਰਫ ਵੀ ਹਮਲਾ ਕਰ ਦੇਣਾ, ਤੇ ਜਿਹੜਾ ਵਰਤਮਾਨ ਰਾਜਾ ਹੁੰਦਾ ਸੀ ਉਹਨੇ ਬੜੇ ਸਤਿਕਾਰ ਦੇ ਨਾਲ ਕੁਝ ਭੇਟਾਵਾਂ ਲੈ ਕੇ ਨਦੀ ਦੇ ਜਿੱਥੇ ਪਾਣੀ ਦਾ ਆਇਆ ਹੁੰਦਾ ਉੱਥੇ ਜਾ ਕੇ ਖਲੋ ਕੇ ਅਰਦਾਸ ਕਰਨੀ, ਬੇਨਤੀ ਕਰਨੀ, ਔਰ ਨਾਲੇ ਬੜੇ ਪਿਆਰ ਨਾਲ ਕਹਿਣਾ, ਐ ਘੱਗਰ ਮਾਤਾ, ਅਸੀਂ ਤੇਰੇ ਬੱਚੇ ਹੀ ਆ, ਹੁਣ ਤੂੰ ਥੋੜਾ ਵਾਪਸ ਚਲੀ ਜਾ। ਤੋ ਪੁਰਾਣੇ ਬਜ਼ੁਰਗ ਦੱਸਦੇ ਨੇ ਇਸ ਸਟੇਟ ਤੇ ਰਾਜ ਦੇ ਰਹਿਣ ਵਾਲੇ ਲੋਕ ਕਿ ਨਦੀ ਉਤਰਨੀ ਸ਼ੁਰੂ ਹੋ ਜਾਇਆ ਕਰਦੀ ਸੀ, ਐਸੇ ਖਿਆਲ ਦੇ ਰਾਜੇ ਹੁੰਦੇ ਸਨ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਇੱਕ ਐਸੀ ਪਰੰਪਰਾ ਕਾਇਮ ਕਰ ਦਿੱਤੀ ਕਿ ਸੰਸਾਰ ਦੇ ਲੋਕਾਂ ਨੇ, ਗੈਰ ਸਿੱਖ ਧਰਮ ਤੋਂ ਦੂਸਰੇ ਲੋਕਾਂ ਨੇ ਵੀ ਗੁਰੂ ਜੀ ਨੂੰ ਬੰਦੀ ਛੋੜ ਕਿਹਾ ਕਿ ਬੰਦੀਆਂ ਨੂੰ ਰਿਹਾ ਕਰਵਾਉਣਾ। ਗੁਰੂ ਪੰਥ ਵਿੱਚ ਇਹ ਪਰੰਪਰਾ ਸਤਿਗੁਰੂ ਜੀ ਦੀ ਸ਼ੁਰੂ ਕੀਤੀ ਹੋਈ ਚੱਲਦੀ ਰਹੀ। ਫਿਰ ਇਸੇ ਘਰਾਣੇ ਵਿੱਚ ਮਹਾਰਾਜਾ ਅਮਰ ਸਿੰਘ ਪਟਿਆਲਾ ਪਤੀ, ਬਾਬਾ ਆਲਾ ਸਿੰਘ ਜੀ ਦੇ ਪੋਤਰੇ, ਜਦੋਂ ਰਾਜਭਾਗ ਤੇ ਬੈਠੇ ਅਹਿਮਦ ਸ਼ਾਹ ਅਬਦਾਲੀ ਤੋਂ, ਉਹਨਾਂ ਨੇ 22,000 ਲੜਕੀਆਂ ਆਪਣੇ ਅਸਰ ਸੂਖ ਦੇ ਨਾਲ ਔਰ ਕੁਝ ਪੈਸੇ ਦੇ ਕੇ ਹਿੰਦੁਸਤਾਨ ਦੀਆਂ ਹਿੰਦੂ ਬੱਚੀਆਂ, ਜਿਨ੍ਹਾਂ ਵਿੱਚ ਕਈ ਰਾਜਕੁਮਾਰੀਆਂ ਵੀ ਸਨ, ਉਹਨਾਂ ਨੂੰ ਰਿਹਾ ਕਰਵਾ ਦਿੱਤਾ, ਉਹਨਾਂ ਨੂੰ ਛੁਡਵਾ ਦਿੱਤਾ, ਉਹਨਾਂ ਦੇ ਘਰੋ ਘਰੀ ਪਹੁੰਚਾ ਦਿੱਤਾ।
ਭਾਵੇਂ ਜਾਤ ਸ਼੍ਰੇਣੀ ਦੇ ਅਭਿਮਾਨ ਵਿਚ ਉੱਚੀ ਜਾਤੀ ਵਾਲੇ ਲੋਕਾਂ ਨੇ ਆਪਣੀਆਂ ਉਹਨਾਂ ਬੇਟੀਆਂ ਨੂੰ ਆਪਣੇ ਘਰੀ ਵਾੜਨ ਤੋਂ ਦਰਵਾਜ਼ੇ ਬੰਦ ਕਰ ਦਿੱਤੇ, ਬਈ ਇਹ ਤੇ ਹੁਣ ਮਲੇਸ਼ੀਆ ਦੇ ਪਾਸ ਰਹਿ ਆਈਆਂ ਨੇ, ਮਲੇਸ਼ੀਆ ਦੇ ਪਾਸ ਰਹਿ ਆਈਆਂ ਨੇ। ਭਾਵੇਂ ਕਿੰਨਾ ਹਾਲਾਤਾਂ ਵਿਚ ਉਹ ਬੱਚੀਆਂ ਗਈਆਂ ਸਨ ਜਿਨ੍ਹਾਂ ਦੀ ਇੱਜ਼ਤ ਤੇ ਪਾਧੀ ਔਰ ਖਵਾਲੀ ਨਾ ਕਰ ਸਕੇ, ਨਾ ਬੇਟੀਆਂ ਨੂੰ ਕਰੀਬ ਉਹਨਾਂ ਨੇ ਵੜਨ ਦਿੱਤਾ, ਨੂਹਾਂ ਨੂੰ ਆਪਣੇ ਘਰੀ ਵੜਨ ਦਿੱਤਾ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਮਹਾਰਾਜਾ ਅਮਰ ਸਿੰਘ ਜੀ ਨੇ 22,000 ਹਿੰਦੂ ਹਿੰਦੁਸਤਾਨ ਦੀਆਂ ਹਿੰਦੂ ਬੱਚੀਆਂ ਨੂੰ ਰਿਹਾ ਕਰਵਾਇਆ ਅਹਿਮਦ ਸ਼ਾਹ ਅਬਦਾਲੀ ਤੋਂ, ਔਰ ਉਹਨਾਂ ਬੱਚੀਆਂ ਨੇ ਆਖਿਆ ਸੀ ਮਹਾਰਾਜਾ ਸਾਹਿਬ ਸਾਡੇ ਵਾਸਤੇ ਤੂੰ ਹੀ ਬੰਦੀ ਛੋੜੇ ਪਿਆਲਾ ਖੋ ਸ੍ਰੀ ਵਾਹ। ਤੇ ਮਹਾਰਾਜਾ ਅਮਰ ਸਿੰਘ ਜੀ ਨੂੰ ਬਹੁਤ ਸਮਾਂ ਲੋਕ ਬੰਦੀ ਛੋੜ ਕਹਿੰਦੇ ਰਹੇ, ਕਿਉਂਕਿ ਉਹਨਾਂ ਨੇ ਇੱਕ ਉਪਕਾਰ ਕੀਤਾ, ਆਪਣੇ ਗੁਰੂ ਦੇ ਆਦਰਸ਼ ਦੀ ਪਾਲਣਾ ਕਰਨਾ ਕੀਤੀ। ਤਾਂ ਐਸਾ ਕਿੱਥੇ ਰਾਜੇ ਐਸੇ ਧਰਮੀ ਸਨ, ਕਿੱਥੇ ਰਾਜੇ ਇਤਨੇ ਧਰਮੀ ਸਨ। ਉਹ ਸਮਝਦੇ ਸਨ ਆਪਣੇ ਦੇਸ਼ ਦੀਆਂ ਬੱਚੀਆਂ, ਚਾਹੇ ਉਹ ਕਿਸੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੀਆਂ ਵੀ ਕਿਉਂ ਨਾ ਹੋਣ, ਉਹ ਮਹਾਨਤਾ ਰੱਖਦੀਆਂ ਨੇ, ਉਹ ਸਾਡੀ ਇੱਜ਼ਤ ਨੇ, ਉਹਨਾਂ ਦੀ ਇੱਜ਼ਤ ਤੇ ਲਾਜਪਤ ਰੱਖਣਾ ਸਾਡੀ ਜ਼ਿੰਮੇਦਾਰੀ ਏ। ਇਹੋ ਹੀ ਕਾਰਨ ਸੀ ਕਿ ਜਦੋਂ ਉਹ ਰਾਜੇ ਨਦੀ ਵਿਚ ਕਦਮ ਰੱਖਦੇ ਸਨ ਤੇ ਨਦੀ ਉਤਰ ਜਾਇਆ ਕਰਦੀ ਸੀ। ਹਾਂ, ਇਸੇ ਖਿਆਲ ਦੇ ਨਾਲ 84 ਦੇ ਹਾਲਾਤਾਂ ਤੋਂ ਪਹਿਲਾਂ ਜਦੋਂ ਪੰਜਾਬ ਵਿਚ 2-3 ਹਾਦਸੇ ਹੋਏ, ਤਾਂ ਜਿਸ ਥਾਂ ਤੇ ਪਟਿਆਲੇ ਦੇ ਲੋਕਾਂ ਦੀ ਇੱਕ ਬੱਸ ਦੇ ਐਕਸੀਡੈਂਟ ਵਿਚ ਕਾਫੀ ਲੋਕ ਮਾਰੇ ਗਏ, ਫਿਰ ਇੱਕ ਬੱਸ ਭਾਖੜਾ ਡੈਮ ਵਿਚ ਜਾ ਗਿਰੀ, ਤਾਂ ਇਸ ਇਲਾਕੇ ਦੇ ਲੋਕਾਂ ਨੇ ਜਾ ਕੇ ਮਹਾਰਾਜਾ ਸਾਹਿਬ ਦੇ ਪਰਿਵਾਰ ਨੂੰ ਪ੍ਰਾਰਥਨਾ ਕੀਤੀ, ਅਸੀਂ ਤੁਹਾਡੇ ਰਾਜ ਵਿਚ ਰਹਿੰਦੇ ਸਾਂ, ਤੁਹਾਡੇ ਵੱਡੇ ਵਡੇਰੇ ਧਰਮ ਕਰਮ ਕਰਦੇ ਸਨ, ਰਾਜ ਵਿਚ ਕੋਈ ਵਿਪਤਾ ਨਹੀਂ ਸੀ ਆਂਦੀ, ਪਰ ਹੁਣ ਤੁਸੀਂ ਆਪਣੀ ਪ੍ਰਜਾ ਵੱਲ ਧਿਆਨ ਨਹੀਂ ਦਿੱਤਾ, ਅਸੀਂ ਤੁਹਾਨੂੰ ਪ੍ਰਾਰਥਨਾ ਕਰਾਂਗੇ ਕਿ ਤੁਸੀਂ ਉਸ ਥਾਂ ਤੇ ਜਿੱਥੇ ਇਹ ਹਾਦਸਾ ਵਾਪਰਿਆ ਹੈ ਔਰ ਹਮੇਸ਼ਾ ਜਿੱਥੇ ਨੁਕਸਾਨ ਹੁੰਦਾ ਹੈ, ਉਸ ਥਾਂ ਤੇ ਜਾ ਕੇ ਗੁਰੂ ਮਹਾਰਾਜ ਜੀ ਦੀ ਲਈ ਬੇਨਤੀ ਕਰੋ, ਅਰਦਾਸ ਕਰੋ। ਤਾਂ ਮੌਜੂਦਾ ਰਾਜ ਘਰਾਣੇ ਦੇ ਪਰਿਵਾਰ ਦੇ ਲੋਕਾਂ ਨੇ ਆਖਿਆ ਸੀ ਹੁਣ ਤੇ ਸਾਡਾ ਰਾਜ ਨਹੀਂ, ਨਾ ਅਸੀਂ ਰਾਜ ਨਾਲ ਸੰਬੰਧ ਰੱਖਦੇ ਹਾਂ, ਆਪ ਆਏ ਹੋ ਵੱਡਿਆਂ ਦੀ ਪਰੰਪਰਾ ਨੂੰ ਮੁੱਖ ਰੱਖਦੇ ਹਾਂ, ਤੁਸੀਂ ਰਾਜ ਘਰਾਣੇ ਦਾ ਸਤਿਕਾਰ ਕੀਤਾ, ਅਸੀਂ ਚੱਲਦੇ ਹਾਂ ਸੱਚੇ ਪਾਤਸ਼ਾਹ ਦਾ ਪਾਠ ਕਰਾਉਂਦੇ ਹਾਂ, ਇਲਾਕੇ ਦੇ ਲੋਕਾਂ ਨੂੰ ਸੰਗਤ ਦੇ ਰੂਪ ਵਿਚ ਬੇਨਤੀ ਕਰਾਂਗੇ, ਲੰਗਰ ਦੀ ਸੇਵਾ ਕਰਦੇ ਹਾਂ, ਅੱਗੇ ਗੁਰੂ ਕਰਨ ਕਾਰਨ ਜਾਣੇ। ਤਾਂ ਉੱਥੇ ਪਾਠ ਕਰਵਾਏ ਗਏ ਰਾਜ ਘਰਾਣੇ ਵੱਲੋਂ ਔਰ ਲੰਗਰ ਦੀ ਸੇਵਾ ਕੀਤੀ ਗਈ ਔਰ ਹੁਣ ਤੱਕ ਉੱਥੇ ਸ਼ਾਂਤ ਹੈ, ਉਸ ਤੋਂ ਬਾਅਦ ਕੋਈ ਹਾਦਸਾ ਨਹੀਂ ਵਾਪਰਿਆ, ਪਿਆਰਨਾ ਖੋ ਸ੍ਰੀ ਵਾਹ। ਪਰ ਇੱਥੇ ਕੀ ਕਹਿ ਰਹੇ ਨੇ, ਅਧਰਮ ਰਾਜਤਾ ਲਈ, ਅਧਰਮ ਨੇ ਪਾਪ ਨੇ ਰਾਜ ਲੈ ਲਿੱਤੀ ਏ, ਰਾਜੇ ਜਿਹੜੇ ਨੇ ਉਹ ਗੁਨਾਹਗਾਰ ਹੋ ਗਏ, ਰਾਜੇ ਖੁਦ ਪਾਪ ਕਰਨ ਲੱਗ ਗਏ, ਰਾਜੇ ਹੀ ਪਾਪੀ ਬਣ ਗਏ, ਤੇ ਫਿਰ ਹੋਰ ਪੁੰਨ ਕਿਵੇਂ ਕਰ ਸਕੇਗਾ ਕੋਈ। ਤੋ ਅਧਰਮ ਨੇ ਪਾਪਾ ਨੇ ਰਾਜ ਸ਼ਕਤੀ ਜਿਹੜੀ ਏ ਉਹ ਪ੍ਰਾਪਤ ਕਰ ਲਈ ਹੈ, ਨਿਕਾਰ ਧਰਮ ਦੇਸ਼ ਦੀ, ਤੇ ਉਹਨਾਂ ਰਾਜੇ ਉਸ ਅਧਰਮ ਨੇ ਰਾਜ ਭਾਗ ਪ੍ਰਾਪਤ ਕਰਕੇ ਧਰਮ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਹੈ, ਧਰਮ ਨੂੰ ਦੇਸ਼ ਵਿਚ ਰਹਿਣ ਨਹੀਂ ਦਿੱਤਾ ਰਾਜਿਆਂ ਨੇ, ਹੁਕਮਰਾਨਾਂ ਨੇ। ਹਜ਼ੂਰ ਕਹਿੰਦੇ ਨੇ ਵਕਤ ਆਵੇਗਾ ਜਦੋਂ ਆਉਣ ਵਾਲੇ ਸਮੇਂ ਵਿਚ ਬਾਦਸ਼ਾਹ ਹੁਕਮਰਾਨ ਰਾਜੇ ਇਹ ਐਲਾਨ ਕਰਨਗੇ ਕਿ ਦੇਸ਼ ਅੰਦਰ ਮੇਰੇ ਰਾਜ ਅੰਦਰ ਕੋਈ ਮਨੁੱਖ ਧਰਮ ਦਾ ਕਰਮ ਨਹੀਂ ਕਰ ਸਕਦਾ, ਜਿਹੜਾ ਕਰੇਗਾ ਉਹਨੂੰ ਦੰਡ ਦਿੱਤਾ ਜਾਵੇਗਾ, ਉਹਦਾ ਵਰਣਨ ਅੱਗੇ ਅਸੀਂ ਸਰਵਨ ਕਰਾਂਗੇ ਜੀ। ਪ੍ਰਬੋਧ ਏਕ ਨਾ ਲਗੇ, ਇੱਕ ਵੀ ਗਿਆਨ ਦੀ ਵਿਚਾਰ ਕਿਸੇ ਨੂੰ ਲੱਗੇਗੀ ਨਹੀਂ, ਚੰਗੇ ਨਹੀਂ ਲੱਗੇਗੀ, ਕੋਈ ਗਿਆਨ ਦੀ ਵਿਚਾਰ ਸੁਣੇਗਾ ਨਹੀਂ। ਸੋ ਧਰਮ ਅਧਰਮ ਤੇ ਭਗੈ, ਇਹ ਕਹਿੰਦੇ ਨੇ ਜਿਹੜਾ ਸੋ ਧਰਮ ਅਧਰਮ ਤੇ ਭਗੈ, ਜਿਵੇਂ ਸ਼ਰੀਫ ਆਦਮੀ ਗਲਤ ਆਦਮੀ ਤੋਂ ਡਰਦਾ ਹੈ ਔਰ ਆਪਣੀ ਇੱਜ਼ਤ ਪਦ ਬਚਾ ਕੇ ਕਈ ਵਾਰੀ ਉਹਦੇ ਅੱਗੇ ਅੱਗੇ ਦੌੜ ਪੈਂਦਾ ਹੈ, ਇਵੇਂ ਜਿਹੜਾ ਸ੍ਰੇਸ਼ਟ ਧਰਮ ਹੈ ਉਹ ਅਧਰਮ ਤੋਂ ਪਾਪਾਂ ਤੋਂ
ਭੱਜ ਜਾਵੇਗਾ, ਦੂਰ ਰਵੇਗਾ, ਦੌੜੇਗਾ। ਕਰਮ ਪਚਰਿਅੰ ਜਗੰ, ਜਗਤ ਦੇ ਅੰਦਰ ਮਾੜੇ ਕਰਮ ਪ੍ਰਵਿਰਤ ਹੋ ਜਾਣਗੇ, ਲੋਕ ਮਾੜੇ ਕਰਮ ਕਰਨਗੇ। ਸੋ ਕਰਮ ਪਥ ਕੇ ਭਗੰ, ਪੰਖ ਕਹਿ ਭਗੰ, ਜਿਹੜੇ ਸ੍ਰੇਸ਼ਟ ਕਰਮ ਨੇ, ਚੰਗੇ ਕਰਮ, ਜਿਵੇਂ ਹਰ ਪਹਿਲੜੀ ਲਾ ਪ੍ਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ, ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ, ਸਤਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜਰ ਚਾਇਆ। ਸੂਹੀ ਛੰਤ ਮਹੱਲਾ ਚੌਥਾ। ਇਹ ਪੁਰਾਣਾ ਤਰੀਕਾ ਸੀ, ਜਦੋਂ ਬੱਚਿਆਂ ਦੀਆਂ ਲਾਵਾਂ ਹੁੰਦੀਆਂ ਤਾਂ ਇਸ ਟਿਊਨ ਤੇ, ਇਸ ਰੀਤ ਤੇ ਰਾਗੀ ਕੀਰਤਨ ਕਰਿਆ ਕਰਦੇ ਸਨ। ਮਾਫ ਕਰਨਾ, ਹੁਣ ਤਾਂ ਲਾਵਾਂ ਦੇ ਮੌਕੇ ਵੀ ਲਾਵਾਂ ਦਾ ਕੀਰਤਨ ਵੀ ਫਿਲਮੀ ਸਟਾਈਲ ਤੇ ਹੀ ਹੋਣ ਲੱਗ ਪਿਆ। ਪਿਆਰ ਲੱਖੋ ਸ੍ਰੀ ਵਾ, ਅੱਗੇ ਹੀ ਬੱਚਿਆਂ ਦੇ ਕੰਨਾਂ ਵਿਚ ਬਥੇਰੀਆਂ ਫਿਲਮੀ ਟਿਊਨਾਂ ਹੁੰਦੀਆਂ ਨੇ ਇਸ ਮੌਕੇ ਤੇ ਵੀ, ਪਹਿਲਾਂ ਵੀ ਉਹ ਟਿਊਨਾਂ ਵੱਜਦੀਆਂ ਨੇ, ਪਿੱਛੋਂ ਵੀ ਵੱਜਣੀਆਂ ਵੱਜਦੀਆਂ ਨੇ, ਫਿਰ ਕੀਰਤਨੀ ਸਮਝਣ, ਚਲੋ ਆਪਾਂ ਵੀ ਹੁਣ ਫਿਲਮੀ ਟਿਊਨ ਹੀ ਸੁਣਾ ਦੇਈਏ। ਤੁਰਦ ਕਰ ਰਿਹਾ ਸਾਂ, ਧਰਮ ਜਿਹੜਾ ਸ੍ਰੇਸ਼ਟ ਧਰਮ ਹੈ ਉਹ ਖੰਭ ਲਗਾ ਕੇ ਭੱਜ ਗਿਆ ਹੈ। ਸ੍ਰੇਸ਼ਟ ਕਰਮ, ਚੰਗੇ ਕਰਮ ਖੰਭ ਲਗਾ ਕੇ ਭੱਜ ਗਏ ਨੇ, ਯਾਨੀ ਉੱਡ ਗਏ ਨੇ। ਕੋਈ ਚੰਗਾ ਕਰਮ ਲੋਕ ਕਰਨਗੇ ਨਹੀਂ। ਪਰਪੰਚ ਪੰਚ ਹੋਏ ਗੱਡਾ, ਪਰਪੰਚ ਪੰਚ ਹੋਏ ਗੱਡਾ, ਪੰਚ ਨੂੰ ਤਾਂ ਜਾਣਦੇ ਹੀ ਹੋ, ਪੰਚ ਮੁਖੀ, ਪਰਪੰਚ ਪੰਚ ਹੋਏ ਗੱਡਾ। ਕਹਿੰਦੇ ਜਿਹੜਾ ਪਰਪੰਚ ਛਲ ਸੀ, ਕਪਟ ਸੀ, ਉਹ ਪੰਚ ਮੁਖੀਆ ਹੋ ਕੇ ਉਹਨੇ ਆਪਣੇ ਪੈਰ ਗੱਡ ਲਏ, ਪੈਰ ਜਮਾ ਲਈ ਤੇ ਉਹ ਹੁਣ ਆਪਣੇ ਜਿਹੜਾ ਛਲ ਹੈ, ਕਪਟ ਹੈ, ਧੋਖਾ ਹੈ, ਉਹ ਆਪਣੇ ਪੈਰਾਂ ਤੋਂ ਹਿਲਦਾ ਨਹੀਂ। ਅਪਰ ਪੰਚ ਪੱਖ ਕੈ ਉਡਾ, ਤੇ ਜਿਹੜੀ ਨਿਸਕਪਟਤਾ ਸੀ, ਅਛਲਤਾ ਸੀ, ਉਹ ਖੰਭ ਲਗਾ ਕੇ ਵਿਚਾਰਾ ਉੱਡ ਗਿਆ ਵੀ ਹੁਣ ਇੱਥੇ ਮੇਰੀ ਕਿਸ ਨੇ ਸੁਣਨੀ ਹੈ। ਕੁਕਰਮ ਵਿਚਰਤੰ ਜਗੰ, ਜਗਤ ਦੇ ਅੰਦਰ ਕੁਕਰਮ ਵਿਚਰਤੰ ਜਗੰ, ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਮਾੜੇ ਕਰਮ ਜਿਹੜੇ ਨੇ ਉਹ ਫਿਰ ਰਹੇ ਨੇ। ਜਿਵੇਂ ਅੰਧੇਰਾ ਹੋਵੇ, ਅੰਧੇਰੀ ਰਾਤ ਵਿੱਚ ਕੌਣ ਕੌਣ ਉੱਡਦੇ ਨੇ, ਕੌਣ ਕੌਣ ਵਿਚਰਦੇ ਨੇ? ਬਿੱਲੀਆਂ, ਜਿਨੀਆਂ ਦੀਆਂ ਅੱਖਾਂ ਲਾਈਟ ਵਾਂਗ ਜਗਦੀਆਂ ਨੇ, ਬਲਦੀਆਂ ਨੇ। ਅੰਧੇਰੇ ਵਿੱਚ ਬਿੱਲੀ ਦੀਆਂ ਅੱਖਾਂ ਦੇਖੋਗੇ ਤਾਂ ਤੁਹਾਨੂੰ ਥੋੜੀ ਥੋੜੀ ਰੋਸ਼ਨੀ ਜੀ ਪ੍ਰਤੀਤ ਹੋਵੇਗੀ। ਚਮਗਿੱਦੜ ਦੌੜ ਉੱਡਣਗੇ, ਉੱਲੂ ਜਿਹੜੇ ਨੇ ਉਹ ਹਰਕਤ ਕਰਨਗੇ, ਚਾਮ ਚਿੜਕਾਂ ਹਰਕਤ ਕਰਨਗੀਆਂ, ਪਰ ਜਿਹੜੇ ਆਮ ਲੋਕ ਨੇ ਉਹ ਆਰਾਮ ਕਰਨਗੇ। ਇਸੇ ਹੀ ਤਰ੍ਹਾਂ ਕੁਕਰਮ ਵਿਚਰਤੰ ਜਗੰ, ਜਗਤ ਦੇ ਅੰਦਰ ਆਉਣ ਵਾਲੇ ਸਮੇਂ ਅੰਦਰ ਦਸ਼ਮੇਸ਼ ਪਿਤਾ ਜੀ ਫਰਮਾਉਂਦੇ ਨੇ ਧਰਮ ਅਲੋਪ ਹੋ ਜਾਵੇਗਾ, ਚੰਗੇ ਕਰਮ ਜਿਹੜੇ ਨੇ ਨਸਰ ਨਹੀਂ ਆਣਗੇ। ਪਰ ਆਮ ਸੰਸਾਰ ਦੇ ਅੰਦਰ ਲੋਕਾਂ ਦੇ ਵਿੱਚ ਮਾੜੇ ਕਰਮ ਜਿਹੜੇ ਨੇ ਉਹ ਵਿਚਰਨਗੇ, ਤੁਰੇ ਫਿਰਨਗੇ। ਜਿਵੇਂ ਤੁਸੀਂ ਇੱਥੇ ਦੇਖਦੇ ਹੋ, ਹੈ ਕੋਈ ਇਲਾਜ, ਹੈ ਕੋਈ ਪਤ, ਕਿਸ ਤਰੀਕੇ ਨਾਲ ਇਹ ਲੋਕ ਵਰਤੋਂ ਵਿਵਹਾਰ ਕਰਦੇ ਨੇ, ਇਹਦਾ ਮਤਲਬ ਇਹੋ ਹੀ ਹੈ। ਕੁਕਰਮ ਵਿਚਰਤੰ ਜਗੰ, ਮਾੜੇ ਕਰਮ ਜਗਤ ਅੰਦਰ ਸੰਸਾਰ ਦੇ ਅੰਦਰ ਵਿਚਰਨਗੇ, ਤੁਰੇ ਫਿਰਨਗੇ। ਸੁਕਰਮ ਸੋ ਪਰਮੰ, ਸੁਕਰਮ ਸੋ ਪਰਮੰ ਭਗੰ, ਜਿਹੜੇ ਸ੍ਰੇਸ਼ਟ ਕਰਮ ਨੇ ਉਹ ਉਹਨਾਂ ਦਾ ਭੁਲੇਖਾ, ਉਹਨਾਂ ਦਾ ਪਲਮਨ ਸਾਊਪੁਣਾ ਜਿਹੜਾ ਹੈ ਉਹ ਭੱਜ ਜਾਵੇਗਾ। ਯਾਨੀ ਸ੍ਰੇਸ਼ਟ ਕਰਮ ਜਿਹੜੇ ਨੇ ਉਹਨਾਂ ਤੇ ਲੋਕਾਂ ਦਾ ਐਤਬਾਰ, ਵਿਸ਼ਵਾਸ ਨਹੀਂ ਰਹੇਗਾ। ਰਮਾਨ ਸ਼ੰਤ, ਹਾਂਜੀ, ਸੁਕ੍ਰਿਤੰ ਤਜ ਹੈ, ਇੱਕ ਛੰਦ ਦਾ ਨਾਮ ਹੈ ਰਮਾਨ ਸ਼ੰਤ। ਸੁਕ੍ਰਿਤੰ ਤਜ ਹੈ, ਚੰਗੇ ਕਰਮ, ਸੁਕ੍ਰਿਤੰ ਤਜ ਹੈ, ਚੰਗੇ ਕਰਮਾਂ ਦੇ ਤਾਂ ਹੀ ਤਿਆਗ ਦੇਣਗੇ। ਕੁਕਰਤੰ ਭਜ ਹੈ, ਮਾੜੇ ਕਰਮਾਂ ਦੇ ਤਾਂ ਹੀ ਕਰਨਗੇ, ਭਜਣਗੇ, ਕਰਨਗੇ। ਭਰਮਣ ਭਰ ਹੈ, ਤੇ ਕਹਿੰਦੇ ਨੇ ਭਰਮਣ ਭਰ ਹੈ, ਮੁੜ ਮੁੜ ਕੇ ਆਪਣੇ ਦਿਲ ਵਿੱਚ ਭਰਮ ਭਰ ਕੇ ਭਰਮ ਦੇ ਫਿਰਨਗੇ, ਭਰਮ ਵਿੱਚ ਰਹਿਣਗੇ। ਸ੍ਰੇਸ਼ ਜਸ ਤੋਂ, ਤਲ ਪਰਮੇਸ਼ਵਰ ਦਾ ਜਸ ਕਰਨ ਤੋਂ, ਤੇ ਜਿਨ੍ਹਾਂ ਕਰਮਾਂ ਦੁਆਰਾ ਜਸ ਪ੍ਰਾਪਤ ਹੋਵੇ
ਉਹਨਾਂ ਕਰਮਾਂ ਤੋਂ ਚੰਗੇ ਦਸ ਤੋਂ ਟਲਣਗੇ। ਕਰ ਹੈ ਦੁਕ੍ਰਿਤੰ ਦੁਕ੍ਰਿਤੰ ਕਰ ਹੈ ਦੁਕ੍ਰਿਤੰ ਕਹਿ ਮਾੜੇ ਕਰਮ ਕਰਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਇਹ ਸ਼ਬਦ ਕਬੀਰ ਜੀ ਨੇ ਕੇ ਥਾਂ ਤੇ ਹੀ ਵਰਣਨ ਕਰ ਦਿੱਤਾ ਹੈ। ਹਿਰਖਵਾਦ ਨ ਕੀ ਜੈ ਰੇਮਨ ਸੁਕ੍ਰਿਤ ਕਰ ਕਰ ਲਈ ਜੈ ਰੇਮਨ ਆਸਾ ਕਬੀਰ ਜੀ। ਹਾਂਜੀ ਕਹਿੰਦੇ ਨੇ, ਫਿਰ ਕਹਿੰਦੇ ਨੇ ਕਿ ਇਹ ਤੇਰੇ ਆਪਣੇ ਕਰਮ ਨੇ, ਸੁਕ੍ਰਿਤ ਕਰਮ ਚੰਗੇ ਤੇ ਦੁਕ੍ਰਿਤ ਮਾੜੇ ਕਰਮ। ਇਹ ਇਸੇ ਤਰ੍ਹਾਂ ਜੀਵ ਜਿਹੜੇ ਨੇ ਕਰ ਹੈ ਦੁਕ੍ਰਿਤ ਮਾੜੇ ਕਰਮ ਕਰਨਗੇ। ਅਨਰਥ ਉਪਦਰਵ ਉਹ ਗੱਲਾਂ ਕਹਿਣਗੇ, ਉਹ ਬੋਲ ਬੋਲਣਗੇ ਜਿਹੜੇ ਅਨਰਥ ਵਾਲੇ ਹੋਣਗੇ, ਉਪਦਰਵ ਵਾਲੇ ਹੋਣਗੇ। ਜਪ ਹੈ ਅਜਪੰ ਜਿਹੜੇ ਜਾਪ ਨਹੀਂ ਜਪਣ ਵਾਲੇ ਉਹਨਾਂ ਜਪਾਂ ਜਾਪਾਂ ਦੇ ਤਾਂ ਹੀ ਜਪਣਗੇ। ਕੁਥ ਪੀਣ ਥਪਣ ਜਿਹੜੀਆਂ ਚੀਜ਼ਾਂ ਧਰਤੀ ਤੇ ਘਰ ਵਿਚ ਸਮਾਜ ਅੰਦਰ ਸਥਾਪਨ ਕਰਨ ਵਾਲੀ ਜਿਹੜੀ ਪਰੰਪਰਾ ਨਹੀਂ, ਉਸ ਪਰੰਪਰਾ ਦਾ ਸਥਾਪਨ ਕਰਨਗੇ। ਸੋਮ ਰਾਜੀ ਛੰਦ ਇੱਕ ਛੰਦ ਦਾ ਨਾਮ ਹੈ ਸੋਮ ਰਾਜੀ। ਹਜ਼ੂਰ ਵਰਣਨ ਕਰਦੇ ਨੇ ਸੁਨੇ ਦੇਸ਼ ਦੇਸ਼ਨ ਮੁਨਨ ਪਾਪ ਕਰਮ। ਹਜ਼ੂਰ ਕਹਿੰਦੇ ਨੇ ਇੱਕ ਮੁਲਕ ਦੀ ਗੱਲ ਹੀ ਨਹੀਂ, ਸੁਨੇ ਦੇਸ਼ ਦੇਸ਼ਨ ਮੁਨਨ ਪਾਪ ਕਰਮ। ਦੇਸਾਂ ਦੇਸਾਂ ਦੇ ਜਿਹੜੇ ਮੁਨੀ ਨੇ, ਚੰਗੇ ਲੋਕ ਨੇ, ਪਰਮਾਤਮਾ ਨੇ, ਉਹ ਪਾਪ ਕਰਮ ਕਰਦੇ ਹੋਏ ਸੁਣੇ ਜਾਣਗੇ ਵੀ ਫਲਾਣੇ ਨੇ ਇਹ ਕਰਮ ਕੀਤਾ, ਫਲਾਣੇ ਨੇ ਇਹ ਕਰਮ ਕੀਤਾ। ਦੇਸਾਂ ਦੇਸਾਂ ਦੇ ਮੁਲਕਾਂ ਮੁਲਕਾਂ ਦੇ ਜਿਹੜੇ ਮੁਨੀ ਸ੍ਰੇਸ਼ਟ ਲੋਕ ਹੋਣਗੇ, ਮਹਾਤਮਾ ਪਰਮਾਤਮਾ ਲੋਕ ਹੋਣਗੇ, ਕਹਿੰਦੇ ਨੇ ਉਹ ਵੀ ਪਾਪ ਕਰਮ ਕਰਦੇ ਸੁਣੇ ਜਾਣਗੇ। ਤੇ ਉਹ ਜਿਹੜੇ ਲੋਕ ਹੋਣਗੇ ਚੁਣੇ ਝੂਠ ਕੂਠਨ, ਝੂਠ ਕੂਠ ਕੁੱਠਾ ਤੇ ਝੂਠ, ਉਂਝ ਆਮ ਤੌਰ ਤੇ ਜਦੋਂ ਲੋਕ ਖਾਣਾ ਖਾ ਲੈਂਦੇ ਨੇ, ਜਿਹੜਾ ਬਚਦਾ ਸਾਰਾ ਇੱਕ ਥਾਂ ਤੇ ਇਕੱਠਾ ਕੀਤਾ ਜਾਂਦਾ ਹੈ, ਉਸ ਨੂੰ ਝੂਠ ਕੂਠ ਕਹਿੰਦੇ ਨੇ। ਜਿਵੇਂ ਲੰਗਰ ਦੀ ਸੇਵਾ ਕਰਨ ਵਾਲੇ ਸਿੰਘ, ਕਈ ਪ੍ਰੇਮੀ ਧਿਆਨ ਨਹੀਂ ਦਿੰਦੇ ਕਿ ਗੁਰੂ ਕੇ ਲੰਗਰ ਨੂੰ ਕਿਵੇਂ ਛਕਣਾ ਔਰ ਕਿਤਨਾ ਕੁ ਲੈਣਾ, ਔਰ ਝੂਠ ਨਹੀਂ ਛੱਡਣੀ, ਪਵਾ ਜ਼ਿਆਦਾ ਲੈਣਗੇ ਬਾਅਦ ਵਿੱਚ ਛੱਡ ਦੇਣਗੇ। ਉਹ ਝੂਠ ਜਿਹੜੀ ਸਾਰੀ ਸੇਵਾ ਕਰਨ ਵਾਲੇ ਧੰਨ ਨੇ, ਉਹ ਪੁਰਖ ਜਿਹੜੇ ਸੇਵਾ ਕਰਨ ਵਾਲੇ ਗੁਰੂ ਕੇ ਲੰਗਰ ਦੀ ਸੇਵਾ ਕਰਦੇ ਨੇ, ਉਹ ਸਾਰੀ ਜਿਹੜੀ ਝੂਠ ਹੈ, ਸਮੁੱਚੇ ਪੰਜਾਬੀ ਦਾ ਸ਼ਬਦ ਹੁੰਦਾ ਝੂਠ ਕੂਠ। ਇੱਥੇ ਕਹਿ ਰਹੇ ਨੇ ਚੁਣੇ ਝੂਠ ਕੂਠ ਉਹ ਧਰਮਾਤਮਾ ਜਿਹੜੇ ਤਨ ਕਰਕੇ ਵੀ ਪਵਿੱਤਰ ਰਹਿੰਦੇ ਸਨ, ਮਨ ਕਰਕੇ ਵੀ ਪਵਿੱਤਰ ਰਹਿੰਦੇ ਸਨ, ਉਹ ਝੂਠ ਕੂਠ ਚੁਣਨਗੇ, ਭਾਵ ਆਚਰਨ ਤੋਂ ਭ੍ਰਿਸ਼ਟ ਹੋ ਜਾਣਗੇ। ਕਹਿੰਦੇ ਨੇ ਉਹ ਝੂਠਾ ਵੀ ਖਾਣਗੇ ਲੋਕਾਂ ਦਾ, ਕੁੱਠਾ ਵੀ ਖਾਣਗੇ, ਗਊ ਦਾ ਮਾਸ ਵੀ ਖਾਈ ਜਾਣਗੇ। ਸੁਰਤੰਗ ਛੋਰ ਧਰਮਾ ਉਹ ਹੀ ਵਿਚਾਰਧਾਰਾ ਬ੍ਰਾਹਮਣ ਰਿਸ਼ੀ ਸੁਰਤੰਗ ਛੋਰ ਧਰਮਾ ਵੇਦਾਂ ਦੇ ਧਰਮ ਦੇ ਤਾਂ ਹੀ ਛੱਡ ਦੇਣਗੇ। ਸੁਰਤੰਗ ਸੁਰਤੀ, ਸੁਰਤੀ ਕੀ ਹੈ? ਵੇਦ ਕਹਿੰਦੇ ਨੇ ਜਿਵੇਂ ਅਹੰ ਬ੍ਰਹਮਸਮੀ ਇਹ ਸੁਰਤੀ ਹੈ, ਪਹਿਲਾਂ ਖੋਲ ਸ੍ਰੀ ਵਾ ਵੇਦ ਨੇ ਇਸ ਦਾ ਅਗਾਂਹ ਵਿਸਥਾਰ ਕੀਤਾ ਹੈ। ਕਹਿੰਦੇ ਨੇ ਵੇਦ ਦਾ ਧਰਮ ਛੱਡ ਕੇ ਮੁਨੀ ਮੁਨੀ ਵੱਡੇ ਵੱਡੇ ਧਰਮਾਤਮਾ ਦੇਸ਼ਾਂ ਦੇਸ਼ਾਂ ਜਿਹੜੇ ਹੋਣਗੇ, ਉਹ ਝੂਠ ਵੀ ਖਾਣਗੇ ਲੋਕਾਂ ਦੀ, ਔਰ ਕੂਠ ਕੁੱਠਾ ਗਊ ਵੀ ਦਾ ਮਾਸ ਵੀ ਖਾਈ ਜਾਣਗੇ, ਵੇਦ ਦੇ ਧਰਮ ਦਾ ਤਿਆਗ ਕਰ ਦੇਣਗੇ। ਇਹ ਪੌੜੀ ਧਰਮ ਨਾਰੀ ਤੇ ਕਹਿੰਦੇ ਤਜੇ ਧਰਮ ਨਾਰੀ ਧਰਮੀ ਧਰਮ ਧਰਮੀ ਨਾਰੀਆਂ ਜਿਹੜੀਆਂ ਧਾਰਮਿਕ ਤੌਰ ਤੇ ਇਸਤਰੀਆਂ ਬਣੀਆਂ ਸਨ, ਉਹਨਾਂ ਦਾ ਤਿਆਗ ਕਰ ਦੇਣਗੇ ਲੋਕ, ਵੱਡੇ ਵੱਡੇ ਧਰਮਾਤਮਾ, ਵੱਡੇ ਵੱਡੇ ਰਿਸ਼ੀ ਲੋਕ ਵੀ। ਤੇ ਪਾਪਾਂ ਵਾਲੀਆਂ ਇਸਤਰੀਆਂ ਜਿਹੜੀਆਂ ਪਾਪ ਦੁਆਰਾ ਪ੍ਰਾਪਤ ਕੀਤੀਆਂ ਜਾਂਦੀਆਂ ਨੇ, ਉਹਨਾਂ ਪਾਪੀ ਗੁਨਾਹਗਾਰ ਇਸਤਰੀਆਂ ਦੀ ਤਰਫ ਉਹ ਵੱਡੇ ਵੱਡੇ ਮੁਨੀ ਦੇਖਣਗੇ, ਵੱਡੇ ਵੱਡੇ ਮੁਨੀ ਤੱਕਣਗੇ। ਮਹਾਰੂਪ ਪਾਪੀ ਕਹਿੰਦੇ ਨੇ ਮਹਾਰੂਪ ਪਾਪੀ ਜਿਹੜੇ ਬੜੇ ਭਿਆਨਕ ਪਾਪ ਵਾਲੇ ਰੂਪ ਵਾਲੇ ਹੋਣਗੇ, ਉਹਨਾਂ ਦਾ ਜਿਹੜਾ ਰੂਪ ਹੋਵੇਗਾ ਬੜਾ ਪਾਪੀ ਹੋਵੇਗਾ, ਭਿਆਨਕ ਪਾਪ ਵਾਲੇ ਰੂਪ ਵਾਲੇ ਹੋਣਗੇ। ਕੁਵਿਰਤਾ ਅਧਿਕਾਰੀ ਕਹਿੰਦੇ ਉਹਨਾਂ ਦੀ ਵਿਰਤੀ ਜਿਹੜੀ ਉਹ ਮਾੜੀ ਹੋਵੇਗੀ, ਯਾਨੀ ਲਫੰਗਾ ਟਾਈਪ ਦੇ ਹੋਣਗੇ। ਮਹਾਨ ਕੋਸ਼ ਵਿੱਚ ਤਾਂ ਬੜਾ ਸਖਤ ਲਫ਼ਜ਼ ਇਹਦਾ ਅਰਥ ਕੀਤਾ ਹੈ, ਉਹ ਇੱਥੇ ਕਹਿਣਾ ਨਹੀਂ ਚਾਹੁੰਦਾ। ਪਿਆਰ ਲਖੋ ਸ੍ਰੀ ਵਾਸ
ਕਹਿੰਦੇ ਨੇ ਉਹਨਾਂ ਦੇ ਜੀਵਨ ਨੂੰ ਤਿਰਕਾਰ ਹੈ, ਉਹ ਆਪਣੀ ਜਿਹੜੀ ਉਪਜੀਵਿਕਾ ਹੈ ਉਹ ਮਾੜੇ ਤਰੀਕੇ ਦੇ ਨਾਲ ਪ੍ਰਾਪਤ ਕਰਨਗੇ, ਉਹਨਾਂ ਦਾ ਉਪਜੀਵਿਕਾ ਪ੍ਰਾਪਤ ਕਰਨ ਦਾ ਕੋਈ ਸ਼ੁਭ ਤਰੀਕਾ ਨਹੀਂ ਹੋਵੇਗਾ, ਅੱਛਾ ਤਰੀਕਾ ਨਹੀਂ ਹੋਵੇਗਾ। ਐਸਾ ਵਕਤ ਆਵੇਗਾ ਜਦੋਂ ਰਿਸ਼ੀ ਮੁਨੀ ਵੇਦ ਦਾ ਧਰਮ ਤਿਆਗ ਕੇ, ਰਾਜੇ ਆਪਣਾ ਧਰਮ ਤਿਆਗ ਕੇ ਪਾਪਾਂ ਵੱਲ ਪ੍ਰਵਿਰਤ ਹੋਣਗੇ ਔਰ ਬੁਰਾਈਆਂ ਵਿੱਚ ਮਸਰੂਫ ਰਹਿਣਗੇ। ਆਉਣ ਵਾਲੇ ਸਮੇਂ ਵਿਚ ਐਸੇ ਹਾਲਾਤ ਵਾਪਰਨਗੇ। ਇੰਜ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਉਣ ਵਾਲੇ ਸਮੇਂ ਦੇ ਸੰਬੰਧ ਵਿਚ ਸਾਨੂੰ ਵਿਚਾਰਾਂ ਦਰਸਾ ਰਹੇ ਨੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਅਣਗਿਣਤ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਤੋਂ ਖਿਮਾ ਚਾਹਾਂਗਾ। ਅਗਲਾ ਵਿਚਾਰ ਕੱਲ ਵਿਚਾਰਾਂਗੇ। ਸੰਤ ਵੱਲੋਂ ਕਥਾ ਦੇ ਸੰਬੰਧ ਵਿਚ ਬਿਨ ਸੇਵਾ ਆਈਏ ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂ ਪਾਣ ਔਰ ਅੰਗ ਸੰਗ ਸਹਾਇਤਾ ਕਰਨ ਜੀ। ਤਜੈ ਧਰਮ ਨਾਰੀ ਤਕੈ ਪਾਪ ਨਾਰਨ, ਮਹਾਰੂਪ ਪਾਪੀ ਕੋ ਵਿਤਾਧਿਕਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੈ ਨਿਤ ਅਨਰਥੰ ਸਮਰਥੰ ਨਾਇਕੀ, ਕਰੈ ਪਾਪ ਤੇਤੋ ਪਰਾਲਬਧ ਜੇਤੀ। ਨਏ ਨਿਤ ਮਤੰ ਉਠੈ ਏਕ ਏਕੰ, ਕਰੈ ਨਿਤ ਅਨਰਥੰ ਅਨੇਕੰ ਅਨੇਕੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਅੰਮ੍ਰਿਤ ਕੀਰਤਨ ਸਰਵਨ ਕਰਕੇ ਆਨੰਦ ਮਾਣਿਆ ਹੈ। ਸਰਵ ਸ਼ਕਤੀਵਾਨ ਤ੍ਰਿਕਾਲਗ ਦਰਸ਼ੀ ਸਾਰਿਆਂ ਸਮਿਆਂ ਦੀ ਰਚਨਾ ਕਰਨਹਾਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਗਰੀਬ ਨਿਵਾਸ ਜੀ, ਆਉਣ ਵਾਲੇ ਸਮੇਂ ਭਵਿੱਖ ਦੇ ਮੁਤਲਕ ਜੋ ਇਸ ਦੁਨੀਆਂ ਤੇ ਇਸ ਸੰਸਾਰ ਤੇ ਵਾਤਾਵਰਨ ਆਉਣ ਵਾਲਾ ਹੈ ਉਸ ਦੇ ਸੰਬੰਧ ਵਿੱਚ ਅੱਜ ਦੇ ਵਿਚਾਰ ਦਾ ਆਗਾਜ਼ ਕਰਦਿਆਂ ਹੋਇਆਂ ਸਤਿਗੁਰੂ ਜੀ ਆਪਣੀ ਪਵਿੱਤਰ ਬਾਣੀ ਅੰਦਰ ਇਸ ਪ੍ਰਕਾਰ ਵਰਣਨ ਕਰ ਰਹੇ ਨੇ
ਪਹਿਲਾਂ ਸਤਿਗੁਰੂ ਜੀ ਦੇ ਪਵਿੱਤਰ ਸ਼ਬਦਾਂ ਵਿੱਚ ਸੁਣੀਏ, ਫਿਰ ਸਾਰੇ ਮਿਲ ਕੇ ਇਸ ਪਵਿੱਤਰ ਬਾਣੀ ਦਾ ਵਿਚਾਰ ਕਰਕੇ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਅਸੀਂ ਆਪਣੇ ਬਚਾਓ ਦਾ ਉਪਰਾਲਾ ਕਰ ਸਕੀਏ। ਹਾਂਜੀ, ਕਰੈ ਨਿਤ ਅਨਰਥੰ ਸਮਰਥੰ ਨਾਇਤੀ। ਇੱਕ ਪੁਲਿਸ ਦੇ ਸਿਪਾਹੀ ਵਿੱਚ ਇੰਨੀ ਸਮਰੱਥਾ ਨਹੀਂ ਹੁੰਦੀ।